हमरी कल्पना गणिया काही अपना बिरद पछाण हाथ दे राखै अपने को हाथ दे राखे कर अपने सदा सदा रंग मान साचा साहिब सद मेहरवान बंद पाया मेरे सतगुर पूरे होई सर्व कल्याण जियो पाए पिंड दिन साजिया दिता पहनण खान अपने दास की आप पैज राखी नानक सद कुर्बान जियो पाए पिंड जिन साजिया दिता पैनन खान अपने दास की आप पैज राखी नानक सद कुर्बान कोट ब्रह्मांड को ठाकुर स्वामी सर्व जिया का दाता रे प्रतपाल नित सार सुमाल एक गुण नहीं मूर्ख जाता रे सो कहो तन गुर सेविया एस सहज सुभाई दर्शन परसे गुरु कै जन्म मरण दुख जा होवे सिफत खसम भी नूर अरसों पुरसों तुद डिठे सचे पातशाह मल जन्म जन्म भी सजन सच्चा पातशाह जिस पास बैठिया सोहिया सबना दा सजन सच्चा पातशाह जिस पास बैठिया सोहिया सबना दा सतनाम वाहिगुरु साहिब जियो शलोक महला पहला हों विच आया हों विच गया हों विच जमया हों विच मुआ हों विच दिता हों विच लया हों विच खटिया हों विच गया हों विच सचियार कूड़ियार हों विच पाप पुन विचार हों विच नरक सुरग अवतार हों विच हसै हों विच रोवै हों विच भरियै हों विच धोवै हों विच जाति जिनसी खोवै
ਹਉ ਵਿੱਚ ਮੂਰਖ ਹਉ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਹਉ ਵਿੱਚ ਮਾਇਆ ਹਉ ਵਿੱਚ ਛਾਇਆ ਹਉ ਮੈਂ ਕਰ ਕਰ ਜੰਤ ਉਪਾਇਆ ਹਉ ਮੈਂ ਬੂਝੈ ਤਾਂ ਦਰ ਸੂਝੈ ਗਿਆਨ ਵਿਹੂਣਾ ਕਥ ਕਥ ਲੂਝੈ ਨਾਨਕ ਹੁਕਮੀ ਲਿਖਿਐ ਲੇਖ ਜੇਹਾ ਵੇਖੈ ਤੇਹਾ ਵੇਖ ਨਾਨਕ ਹੁਕਮੀ ਲਿਖਿਐ ਲੇਖ ਜੇਹਾ ਵੇਖੈ ਤੇਹਾ ਵੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸੱਚੇ ਸਤਿਗੁਰੂ ਦੀਨ ਦੁਨੀਆਂ ਦੇ ਮਾਲਕ ਲੋਕ ਪਰਲੋਕ ਦੇ ਰੱਖਿਅਕ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਕਮਲਾਂ ਅੰਦਰ ਆਪ ਜੀ ਨੇ ਪਹੁੰਚ ਕਰਕੇ ਨਮਸਕਾਰ ਕਰਕੇ ਜੀਵਨ ਸਫਲ ਕੀਤਾ ਹੈ। ਸਤਿਗੁਰਾਂ ਨੇ ਇਸ ਸਲੋਕ ਅੰਦਰ ਮਨੁੱਖ ਦੇ ਮਨ ਨੂੰ ਪਏ ਹੋਏ ਇੱਕ ਬਹੁਤ ਵੱਡੇ ਬੰਧਨ ਦਾ ਵਰਣਨ ਕੀਤਾ ਹੈ ਜਿਹੜਾ ਕਿ ਇਸ ਦੀ ਅੰਦਰਲੀ ਖਲਾਸੀ ਨੂੰ ਆਜ਼ਾਦੀ ਨੂੰ ਖਤਮ ਕਰ ਦਿੰਦਾ ਹੈ। ਉਹ ਸਭ ਤੋਂ ਵੱਡਾ ਸੰਗਲ ਹੈ, ਸਭ ਤੋਂ ਵੱਡੀ ਰੱਸੀ ਹੈ ਹਉਮੈ। ਦੋ ਚੀਜ਼ਾਂ ਹਰ ਇੱਕ ਮਨੁੱਖ ਦੀ ਮੰਗ ਹੈ। ਇੱਕ ਤੇ ਆਦਮੀ ਬੇਚਿੰਤ ਹੋਣਾ ਚਾਹੁੰਦਾ ਹੈ ਕਿ ਉਹਦਾ ਮਨ ਦੁੱਖਾਂ ਤੋਂ ਪਾਰ ਚਲਾ ਜਾਏ। ਇਹੀ ਮਨੁੱਖੀ ਸਰੀਰ ਦੀ ਇੱਕ ਜ਼ਰੂਰਤ ਹੈ, ਦੁੱਖਾਂ ਤੋਂ ਪਾਰ ਜਾਣਾ। ਜਿਵੇਂ ਜਿਵੇਂ ਦਾ ਕਿਸੇ ਨੂੰ ਢੰਗ ਮਿਲਦਾ ਉਸ ਢੰਗ ਨਾਲ ਉਹ ਇਹਦੀ ਖੋਜ ਕਰ ਰਿਹਾ ਹੈ। ਭਾਵੇਂ ਕੋਈ ਸੰਸਾਰੀ ਹੈ, ਭਾਵੇਂ ਕੋਈ ਧਾਰਮਿਕ ਵਿਅਕਤੀ ਹੈ, ਸਾਰਿਆਂ ਦੀ ਇੱਕੋ ਹੀ ਖੋਜ ਹੈ, ਮੈਂ ਦੁੱਖ ਤੋਂ ਪਾਰ ਚਲਾ ਜਾਵਾਂ। ਪਰ ਅਣਜਾਣ ਕੁੜੇ ਵਿੱਚ ਸਤਿਗੁਰੂ ਦੀ ਬਾਣੀ ਅਨੁਸਾਰ ਮਨੁੱਖ ਹੋਰ ਰੱਸੀਆਂ ਲਿਆ ਲਿਆ ਕੇ ਆਪਣੇ ਆਲੇ ਦੁਆਲੇ ਵਲੇਟਦਾ ਹੈ, ਹੋਰ ਦੁੱਖਾਂ ਵਿੱਚ ਫਸਦਾ ਜਾਂਦਾ ਹੈ, ਹੋਰ ਭਾਰ ਇਹਦੇ ਜੀਵਨ ਦਾ ਵੱਧ ਜਾਂਦਾ ਹੈ। ਜਿਵੇਂ ਕਿਸੇ ਮਨੁੱਖ ਨੂੰ ਉਹਦੇ ਘਰ ਨੂੰ ਅੱਗ ਲੱਗੀ ਹੋਵੇ ਤੇ ਉਸਨੂੰ ਇਸ ਗੱਲ ਦੀ ਸਮਝ ਨਾ ਹੋਵੇ ਕਿ ਅੱਗ ਪਾਣੀ ਨਾਲ ਬੁਝੇਗੀ, ਉਹ ਉਸ ਅੱਗ ਨੂੰ ਬੁਝਾਉਣ ਵਾਸਤੇ ਲੱਕੜਾਂ ਦੀ ਵਰਤੋਂ ਕਰੇ, ਫਿਰ ਲੱਕੜਾਂ ਹੋਰ ਅਗਨੀ ਨੂੰ ਪੈਦਾ ਕਰਦੀਆਂ। ਇਸ ਤਰ੍ਹਾਂ ਸੰਸਾਰ ਵਿੱਚ ਜਿੰਨੇ ਪਦਾਰਥ ਨੇ, ਜਿੰਨੀਆਂ ਵਸਤੂਆਂ ਨੇ, ਜਿੰਨੇ ਸੰਸਾਰ ਦੇ ਰਸ ਨੇ, ਇਹ ਹੈ ਤਾਂ ਜੀਵਨ ਨੂੰ ਚਲਾਉਣ ਵਾਸਤੇ ਵਾਹਿਗੁਰੂ ਨੇ ਆਪ ਬਣਾਏ ਸਨ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਹਰ ਇੱਕ ਮਨੁੱਖ ਦਾ ਸਰੀਰਕ ਤੌਰ ਤੇ ਜ਼ਿੰਦਾ ਰਹਿਣਾ, ਉਹਦੇ ਵਾਸਤੇ ਉਸਨੂੰ ਸਰੀਰ ਦੇ ਰਸਾਂ ਦੀ ਜ਼ਰੂਰ ਲੋੜ ਹੈ। ਪਰ ਗੁਰਮਤਿ ਦਾ ਇਹ ਨਜ਼ਰੀਆ ਹੈ, ਸਤਿਗੁਰਾਂ ਦੀ ਇਹ ਮਤ ਹੈ ਕਿ ਇਹ ਚੀਜ਼ਾਂ ਤੇਰੇ ਜੀਵਨ ਨੂੰ ਚਲਾਉਣ ਵਾਸਤੇ ਨੇ, ਜੀਵਨ ਦਾ ਲਕਸ਼ ਨਹੀਂ ਹੋਣਾ ਚਾਹੀਦਾ, ਔਰ ਨਾ ਕਦੀ ਇੱਥੋਂ ਕੋਈ ਤ੍ਰਿਪਤ ਹੋਇਆ ਹੈ। ਇਸ ਲਈ ਹਜ਼ੂਰ ਨੇ ਪੁਰਾਣੇ ਸਮੇਂ ਨੂੰ ਭਾਵੇਂ
ਘੱਟ ਵਰਤਿਆ ਹੈ ਗੁਰਬਾਣੀ ਵਿੱਚ, ਜ਼ਿਆਦਾ ਗੁਰਬਾਣੀ ਵਰਤਮਾਨ ਤਿੰਨ ਸਮਿਆਂ ਵਿੱਚੋਂ ਵਰਤਮਾਨ ਤੇ ਉਚਾਰੀ ਗਈ ਹੈ। ਤਿੰਨ ਤਰ੍ਹਾਂ ਦੇ ਸਮੇਂ ਨੇ, ਭਵਿੱਖ ਆਉਣ ਵਾਲਾ ਸਮਾਂ, ਵਰਤਮਾਨ ਜੋ ਚੱਲ ਰਿਹਾ ਹੈ, ਤੇ ਪਾਸਟ ਬੀਤਿਆ ਹੋਇਆ ਜੋ ਗੁਜ਼ਰ ਚੁੱਕਾ ਹੈ, ਜੋ ਲੰਘ ਚੁੱਕਾ ਹੈ। ਕਈ ਚੀਜ਼ਾਂ ਸਾਨੂੰ ਲੰਘੇ ਹੋਏ ਸਮੇਂ ਵਿੱਚੋਂ ਸਮਝਣ ਵਿੱਚ ਬਹੁਤ ਜਲਦੀ ਇਮਦਾਦ ਮਿਲਦੀ। ਭਾਵੇਂ ਮਨੁੱਖ ਦਾ ਜੀਵਨ ਤਾਂ ਹੀ ਘੜਿਆ ਜਾਏਗਾ ਕਿ ਉਹ ਵਰਤਮਾਨ ਵਿੱਚ ਆਪਣਾ ਮਨ ਲਿਆਵੇ, ਹੁਣ ਵਿੱਚ ਜੀਵੇ, ਇਸ ਵਕਤ ਬਾਰੇ ਸੋਚੇ। ਪਰ ਕਈ ਚੀਜ਼ਾਂ ਸਾਨੂੰ ਪੁਰਾਣੀਆਂ ਕੰਮ ਦਿੰਦੀਆਂ ਨੇ। ਗੁਰੂ ਕਲਗੀਧਰ ਪਾਤਸ਼ਾਹ ਨੇ ਬੜੇ ਬੜੇ ਵੱਡੇ ਲੋਕਾਂ ਦਾ ਜ਼ਿਕਰ ਆਪਣੀ ਬਾਣੀ ਵਿੱਚ ਕੀਤਾ ਹੈ। ਸਨਕ ਸਨੰਦ ਵਰਗੇ, ਕੁਮਾਰ ਵਰਗੇ, ਉਹਨਾਂ ਦੇ ਵਿੱਚ ਬਲਸ਼ਾਲੀ ਵੀ ਬੜੇ ਸਨ, ਤਾਕਤ ਵਾਲੇ ਵੀ ਬਹੁਤ ਸਨ, ਉਹਨਾਂ ਵਿੱਚ ਪੜ੍ਹੇ ਲਿਖੇ ਵੀ ਬੜੇ ਆਉਂਦੇ ਨੇ, ਉਹਨਾਂ ਦੇ ਵਿੱਚ ਸਿਆਣੇ ਵੀ ਲੋਕ ਬਹੁਤ ਨੇ। ਉਹਨਾਂ ਦੇ ਵਿੱਚ ਐਸੇ ਲੋਕ ਸਨ ਕਿ ਜਿਨ੍ਹਾਂ ਦਾ 1 ਲੱਖ ਪੁੱਤਰ ਤੇ 1.25 ਲੱਖ ਪੋਤਰਾ ਸੀ ਰਾਵਣ ਵਰਗੇ, ਇੰਨੀ ਤਾਕਤ ਰੱਖਦੇ ਸਨ। ਉਹਨਾਂ ਵਿੱਚ ਬੜੇ ਬੜੇ ਸ਼ਕਤੀਆਂ ਵਾਲੇ ਸਿੱਧ ਲੋਕ, ਜਿਨ੍ਹਾਂ ਕੋਲ ਕਰਾਮਾਤਾਂ ਵੀ ਸਨ, ਧਾਰਮਿਕ ਸ਼ਕਤੀਆਂ ਜਿਨ੍ਹਾਂ ਦੇ ਕੋਲ ਸਨ, ਉਹਨਾਂ ਦਾ ਵਰਣਨ ਤਾਂ ਕਰਨਾ ਜ਼ਰੂਰੀ ਸਮਝਿਆ ਗੁਰੂ ਸਾਹਿਬ ਨੇ, ਕਿਉਂਕਿ ਮਨੁੱਖ ਆਪਣਾ ਸਮਾਂ ਅਜਾਈ ਖਰਾਬ ਨਾ ਕਰੇ, ਉਹਨਾਂ ਦੀ ਉਦਾਹਰਣ ਨੂੰ ਵੇਖ ਕੇ ਤੇ ਸਿੱਧੇ ਰਸਤੇ ਤੇ ਜਿਉਣਾ ਸ਼ੁਰੂ ਕਰਦਾ, ਇਹਨੂੰ ਉਹਨਾਂ ਦੇ ਜੀਵਨ ਦੇ ਵਿੱਚੋਂ ਸੇਧ ਮਿਲ ਜਾਏ। ਇਸ ਲਈ ਹਜ਼ੂਰ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਇਹਨਾਂ ਚੀਜ਼ਾਂ ਦਾ ਸਹਾਰਾ ਲਿਆ। ਕਲਗੀਧਰ ਪਾਤਸ਼ਾਹ ਕਹਿੰਦੇ, ਮਾਤੇ ਮਤੰਗ ਜਰੇ ਜਰ ਸੰਗ, ਜਿਨ੍ਹਾਂ ਕੋਲ ਮਸਤੇ ਹੋਏ ਹਾਥੀ, ਭਾਵ ਬੜੇ ਤਾਕਤਵਰ। ਮਾਤੇ ਮਤੰਗ ਕਹਿੰਦੇ ਨੇ ਹਾਥੀਆਂ ਨੂੰ, ਜਰੇ ਜਰੇ ਦਾ ਅਰਥ ਹੈ ਜੜੇ ਹੋਏ, ਜਰ ਜਰ ਦਾ ਭਾਵ ਹੈ ਸੋਨਾ, ਉਹ ਹਾਥੀ ਸੋਨੇ ਨਾਲ ਜੜੇ ਹੋਏ ਨੇ। ਮਾਤੇ ਮਤੰਗ ਜਰੇ ਜਰ ਸੰਗ ਅਨੂਪ, ਜਿਨ੍ਹਾਂ ਦੀ ਉਪਮਾ ਨਹੀਂ ਕੀਤੀ ਜਾ ਸਕਦੀ, ਜਿਨ੍ਹਾਂ ਦੀ ਵਡਿਆਈ, ਬੜੇ ਸ਼ਕਤੀਸ਼ਾਲੀ ਸੋਹਣੇ ਨੇ। ਉਤੰਗ, ਉਤੰਗ ਦਾ ਮਤਲਬ ਹੈ ਉੱਚੇ ਬੜੇ ਨੇ। ਅਨੂਪ, ਉਤੰਗ, ਸੁਰੰਗ, ਉਹਨਾਂ ਦੇ ਰੰਗ ਬੜੇ ਸੋਹਣੇ ਨੇ। ਸੁਰੰਗ ਸਵਾਰੇ ਔਰ ਸਵਾਰੇ ਹੋਏ ਨੇ, ਬੜੇ ਸੋਹਣੇ ਉੱਤੇ ਕੱਪੜੇ ਪਾ ਕੇ। ਇਹ ਕਲਗੀਧਰ ਪਾਤਸ਼ਾਹ ਵੱਡੇ ਚੱਕਰਵਰਤੀ ਰਾਜਿਆਂ ਦੇ ਨਾਮ ਲੈ ਰਹੇ ਨੇ। ਮਾਤੇ ਮਤੰਗ ਜਰੇ ਜਰ ਸੰਗ ਅਨੂਪ, ਉਤੰਗ, ਸੁਰੰਗ, ਸਵਾਰੇ, ਕੋਟ ਤੁਰੰਗ। ਕੋਟ ਦਾ ਅਰਥ ਹੈ ਕਰੋੜਾਂ, ਬਹੁ ਵਚਨ ਹੈ। ਤੁਰੰਗ ਦਾ ਅਰਥ ਹੈ ਘੋੜੇ। ਕੋਟ ਤੁਰੰਗ, ਕੁਰੰਗ ਸੇ ਕੂਦਤ, ਕੁਰੰਗ ਕਹਿੰਦੇ ਨੇ ਹਿਰਨ ਨੂੰ, ਜਿਹੜੇ ਹਿਰਨਾਂ ਵਾਂਗੂ ਛਾਲਾਂ ਮਾਰਦੇ ਨੇ, ਇੰਨੇ ਤੇਜ ਦੌੜਦੇ। ਕੁਰੰਗ ਸੇ ਕੂਦਤ, ਪੌਣ ਕੇ ਗਾਉਣ ਕੋ ਜਾਤ ਨਿਵਾਰੇ। ਪੌਣ ਕਹਿੰਦੇ ਨੇ ਹਵਾ ਨੂੰ, ਗਾਉਣ ਕਹਿੰਦੇ ਨੇ ਸੁਪੀਡ ਨੂੰ। ਜਿਨ੍ਹਾਂ ਦੀ ਸਪੀਡ, ਜਿਨ੍ਹਾਂ ਦੀ ਚਾਲ ਇੰਨੀ ਹੈ ਵੀ ਜਦੋਂ ਦੌੜਦੇ ਨੇ ਹਵਾ ਵੀ ਪਿੱਛੇ ਰਹਿ ਜਾਂਦੀ ਹੈ। ਪੌਣ ਕੇ ਗਾਉਣ ਕੋ ਜਾਤ ਨਿਵਾਰੇ, ਨਿਵਾਰੇ ਦਾ ਅਰਥ ਪਿੱਛੇ ਛੱਡ ਜਾਣਾ। ਭਾਰੀ ਭੁਜਾਨ, ਜਿਨ੍ਹਾਂ ਦੇ ਬਾਜੂਆਂ ਦੇ ਵਿੱਚ, ਭੁਜਾਨ ਕਹਿੰਦੇ ਨੇ ਬਾਹਾਂ ਨੂੰ, ਉਹਨਾਂ ਦੀਆਂ ਬਾਹਾਂ ਬੜੀਆਂ ਭਾਰੀਆਂ ਨੇ, ਉਹਨਾਂ ਦੇ ਹੱਥਾਂ ਵਿੱਚ ਬੜੀ ਜਿੰਦ ਜਾਨ ਹੈ। ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ, ਵੱਡੀਆਂ ਵੱਡੀਆਂ ਬਾਹਾਂ ਵਾਲੇ, ਸ਼ਕਤੀਆਂ ਵਾਲੇ ਰਾਜੇ ਉਹਨਾਂ ਦੇ ਅੱਗੇ ਆ ਕੇ ਨਮਸਕਾਰ ਕਰਦੇ ਨੇ, ਉਹਨਾਂ ਦੇ ਅੱਗੇ ਝੁਕਦੇ ਨੇ, ਉਹ ਇਸ ਤਰ੍ਹਾਂ ਦੇ ਤਾਕਤਵਰ ਲੋਕ। ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ, ਸੀਸ ਨਾ ਜਾਤ ਵਿਚਾਰੇ। ਪਰ ਅੱਜ ਦੇ ਅਹੰਕਾਰ ਦੇ ਵਿੱਚ ਖੜੇ ਹੋਏ ਮਨੁੱਖ ਦਾ ਹੰਕਾਰ ਨੀਵਾਂ ਕਰਨ ਵਾਸਤੇ ਕੇਵਲ ਇਹ ਚੀਜ਼ਾਂ ਤੇ ਕਲਗੀਆਂ ਵਾਲੇ ਦੇ ਕੋਲ ਹੈ ਸਨ, ਜਿਨ੍ਹਾਂ ਦਾ ਉਹ ਨਾਂ ਲੈ ਰਹੇ ਨੇ। ਹਾਥੀ ਵੀ ਉਹਨਾਂ ਕੋਲ ਸਨ, ਘੋੜੇ ਵੀ ਸਨ, ਔਰ ਇੱਕੋ ਇੱਕ ਗੁਰੂ ਹੋਏ ਨੇ ਸਿੱਖ, 10 ਗੁਰੂ ਸਾਹਿਬਾਨ ਦੇ ਵਿੱਚੋਂ ਹੈ, ਤਾਂ ਬਾਕੀਆਂ ਦੇ ਵਿੱਚ ਵੀ ਸ਼ਹਿਨਸ਼ਾਹੀ ਸੀ।
ਜਿਨ੍ਹਾਂ ਦੇ ਅੱਗੇ ਜਦੋਂ ਸੰਸਾਰ ਦੇ ਬਾਦਸ਼ਾਹ ਆਏ ਸਨ ਤੇ ਉਹਨਾਂ ਦੇ ਅੰਦਰ ਇੱਕ ਤਰ੍ਹਾਂ ਦੀ ਹੀਣਤਾ ਪੈਦਾ ਹੋ ਗਈ ਗੁਰੂ ਗੋਬਿੰਦ ਸਿੰਘ ਨੂੰ ਵੇਖ ਕੇ ਵੀ ਬਾਦਸ਼ਾਹ ਤੇ ਅਸੀਂ ਬਣੇ ਬਣੇ ਫਿਰਨੇ ਆ, ਇੱਥੇ ਆ ਕੇ ਤੇ ਸਭ ਕੁਝ ਫਿੱਕਾ ਪੈ ਗਿਆ। ਇਹਨੀ ਉਹਨਾਂ ਦੇ ਕੋਲ ਬਾਦਸ਼ਾਹੀ ਸੀ, ਯਾਨੀ ਕਿ ਦੋਵੇਂ ਚੀਜ਼ਾਂ ਉਹਨਾਂ ਇਕੱਠੀਆਂ ਕੀਤੀਆਂ ਸਨ। ਔਰ ਭਾਈ ਸਾਹਿਬ ਭਾਈ ਨੰਦ ਲਾਲ ਖੋਰਾ ਨੇ ਜਿਹੜੇ ਉਹਨਾਂ ਦੇ ਹਜ਼ੂਰੀ ਕਵੀ ਸਨ, ਦਰਬਾਰੀ ਕਵੀ ਸਨ, ਉਹਨਾਂ ਨੇ ਇੱਕ ਗੱਲ ਉਹਨਾਂ ਦੇ ਪਿਆਰ ਅੰਦਰ ਲਿਖੀ ਸੀ। ਕਹਿਣ ਲੱਗੇ, ਸਤਿਗੁਰੂ ਮੈਂ ਬੜੇ ਫਕੀਰ ਵੀ ਵੇਖੇ ਨੇ ਤੇ ਬੜੇ ਬਾਦਸ਼ਾਹ ਵੀ ਦੇਖੇ ਨੇ। ਵੈਸੇ ਤਾਂ ਜਿਹੜਾ ਫਕੀਰ ਹੁੰਦਾ ਉਹ ਬਾਦਸ਼ਾਹ ਨਹੀਂ ਹੁੰਦਾ, ਜਿਹੜਾ ਬਾਦਸ਼ਾਹ ਹੁੰਦਾ ਉਹ ਫਕੀਰ ਨਹੀਂ ਹੁੰਦਾ, ਪਰ ਤੇਰੇ ਵਿੱਚ ਇਹ ਗੁਣ ਹੈ, ਜੇ ਮੈਂ ਤੇਰੀ ਫਕੀਰੀ ਵੱਲ ਤੱਕਣਾ ਤੇ ਇਹਦਾ ਕੋਈ ਤੋੜ ਨਹੀਂ, ਇਹਦੇ ਬਰਾਬਰ ਦਾ ਕੋਈ ਫਕੀਰ ਨਹੀਂ ਲੱਭਦਾ। ਕਿਉਂ, ਤੂੰ ਕਿਵੇਂ ਦਾ ਫਕੀਰ ਹੈ ਜਿਹੜਾ ਚੱਲਦੀਆਂ ਹੋਈਆਂ ਗੋਲੀਆਂ ਵਿੱਚ ਰੱਬ ਨੂੰ ਯਾਦ ਕਰਨਾ, ਜਿਹੜਾ ਚੱਲਦੇ ਹੋਏ ਜੰਗ ਵਿੱਚ ਵਾਹਿਗੁਰੂ ਨੂੰ ਯਾਦ ਰੱਖਣਾ, ਤੂੰ ਇਸ ਤਰ੍ਹਾਂ ਦਾ ਫਕੀਰ ਹੈ, ਇਸ ਤਰ੍ਹਾਂ ਦੀ ਤੇਰੇ ਅੰਦਰ ਫਕੀਰੀ ਏ। ਔਰ ਤੇਰੇ ਅੰਦਰ ਸੂਰਮਤਾਈ ਤੇ ਬਾਦਸ਼ਾਹੀ ਕਿਵੇਂ ਦੀ ਏ, ਉਹਦਾ ਵੀ ਕੋਈ ਅੰਤ ਨਹੀਂ। ਭੀਮ ਚੰਦ ਇੱਕ ਬੁੱਢਾ ਰਾਜਾ ਸੀ, 22 ਧਾਰੀਆਂ ਦਾ ਆਗੂ ਸੀ ਤੇ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਨ ਨਹੀਂ ਸੀ ਆਇਆ, ਦਰਸ਼ਨ ਦੇਣ ਆਇਆ ਸੀ। ਇਹ ਦੋ ਤਰ੍ਹਾਂ ਦੀ ਗੱਲ ਹੁੰਦੀ। ਬਹੁਤੇ ਲੋਕ ਤੇ ਗੁਰੂ ਕੋਲ ਆਉਂਦੇ ਨੇ ਦਰਸ਼ਨ ਕਰਨ ਵਾਸਤੇ ਗੁਰੂ ਦੇ ਔਰ ਸਾਧ ਸੰਗਤ ਦੇ, ਤੇ ਵਿੱਚ ਵਿੱਚ ਜੇ ਕਈ ਵਾਰੀ ਹਉਮੈ ਆ ਜਾਏ ਜਾਂ ਬੰਦਾ ਅਣਜਾਣ ਪੁਣੇ ਵਿੱਚ ਵੀ ਸਹਿਜੇ ਸਹਿਜੇ ਗੁਰੂ ਦੀ ਮੱਤ ਨਾ ਹੋਵੇ, ਤੇ ਕਦੀ ਕਦੀ ਆਦਮੀ ਇੱਥੇ ਦਰਸ਼ਨ ਕਰਨ ਨਹੀਂ ਆਉਂਦਾ, ਦਰਸ਼ਨ ਦੇਣ ਆ ਜਾਂਦਾ ਹੈ, ਵਿਖਾਉਣ ਵਾਸਤੇ ਆ ਜਾਂਦਾ ਕਿ ਮੈਨੂੰ ਦੇਖ ਲਓ ਮੈਂ ਇਸ ਤਰ੍ਹਾਂ ਦਾ। ਇਹ ਸੱਜਣ ਜਿਹੜਾ ਭੀਮ ਚੰਦ ਹੈ ਨਾ, ਇਹ ਦਰਸ਼ਨ ਕਰਨ ਨਹੀਂ ਸੀ ਆਇਆ, ਦਰਸ਼ਨ ਦੇਣ ਆਇਆ ਸੀ, ਨਾਲ ਆਪਣੇ ਸਾਰੇ ਮੰਤਰੀ। ਔਰ ਇਹਨੇ ਆਪਣੀ ਘਰਵਾਲੀ ਨੂੰ ਕਿਹਾ ਵੀ ਜਿਹੜੀ ਸਭ ਤੋਂ ਵਧੀਆ ਪੁਸ਼ਾਕ ਹੈ ਉਹ ਕੱਢ ਕੇ ਦੇ, ਮੈਂ ਇੱਕ ਫਕੀਰ ਦੇ ਦਰਬਾਰ ਵਿੱਚ ਜਾਣਾ, ਸੁਣਿਆ ਉਹ ਸ਼ਾਨ ਸ਼ੌਕਤ ਬੜੀ ਰੱਖਦਾ, ਉੱਥੇ ਜਦੋਂ ਮੈਂ ਜਾਵਾਂ ਤੇ ਉਹਦੇ ਕੋਲ ਬੈਠੇ ਹੋਏ ਲੋਕ ਉਹਨੂੰ ਭੁੱਲ ਕੇ ਮੇਰੇ ਵੱਲ ਵੇਖਣ ਲੱਗ ਪੈਣ। ਹਉਮੈ ਦੀ ਬਰੀਕ ਬਿਰਤੀ ਬੜੀ ਖਤਰਨਾਕ ਹੈ। ਔਰ ਮੇਰੇ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਰਹਿ ਰਾਸ ਵਿੱਚ ਜੇ ਤੁਸੀਂ ਪੜ੍ਹਦੇ ਹੋ ਤੇ ਗੁਜਰੀ ਮਹੱਲਾ ਚੌਥਾ ਧਿਆਨ ਨਾਲ ਪੜ੍ਹਨਾ, ਉਹਦੇ ਵਿੱਚ ਬਚਨ ਆਏਗਾ ਤੇ ਜਾਚ ਦੱਸੀ ਜਾਏਗੀ, ਤੂੰ ਆਪਣੇ ਗੁਰੂ ਕੋਲ ਕਿਵੇਂ ਜਾਣਾ, ਤਰੀਕਾ ਦੱਸਿਆ ਜਾਏਗਾ। ਕਹਿੰਦੇ ਨੇ ਗੁਰੂ ਕੋਲ ਜਾਣਾ ਹੀ ਨਾ, ਇਹਦੇ ਵਿੱਚ ਇਹ ਨਹੀਂ ਵੀ ਤੂੰ ਕੋਈ ਵਸਤਰ ਨਾ ਪਾ ਚੰਗਾ, ਜਾਂ ਤੂੰ ਆਪਣੇ ਆਪ ਨੂੰ ਪਿੱਛੇ ਬੈਠ ਜਾ, ਇਹ ਨਹੀਂ ਅਰਥ ਇਹਦੇ। ਉਹਦਾ ਮਤਲਬ ਹੈ ਅੰਦਰੋਂ ਨਿਮਰਤਾ ਧਾਰਨ ਕਰਨੀ। ਇੱਕ ਗਰੀਬੀ ਹੁੰਦੀ ਹੈ ਬਾਹਰੋਂ ਜੀ ਜੀ ਕਰਦੇ ਰਹਿਣਾ, ਝੁਕਦੇ ਰਹਿਣਾ, ਪੰਜ ਸੱਤ ਵਾਰੀ ਪਿੱਛੋਂ ਮੱਥਾ ਟੇਕਣਾ ਗੁਰੂ ਗ੍ਰੰਥ ਸਾਹਿਬ ਕੋਲ ਆਉਂਦਿਆਂ, ਇੱਕ ਗਰੀਬੀ ਉਹ ਹੈ। ਇੱਕ ਗਰੀਬੀ ਜਿਹੜੀ ਗੁਰੂ ਨਾਨਕ ਸਾਹਿਬ ਨੇ ਮੰਗੀ ਸੀ ਰੱਬ ਤੋਂ, ਜਦੋਂ ਪਰਮਾਤਮਾ ਨੇ ਕਿਹਾ ਸੀ ਵੀ ਹੋਰ ਤੁਹਾਨੂੰ ਕੀ ਚਾਹੀਦਾ, ਸਤਿਗੁਰਾਂ ਨੇ ਕਿਹਾ ਸੀ ਵੀ ਹੁਣ ਸਾਰਾ ਕੁਝ ਆ ਗਿਆ, ਇੱਕ ਚੀਜ਼ ਦੀ ਕਮੀ ਰਹਿ ਗਈ ਜਿਹਦੇ ਤੋਂ ਬਿਨਾਂ ਸਾਰਾ ਕੁਝ ਚਲਾ ਜਾਂਦਾ ਹੈ, ਉਹ ਕਿਹੜੀ ਚੀਜ਼? ਉਹ ਚੀਜ਼ ਸਾਰੀਆਂ ਚੀਜ਼ਾਂ ਨੂੰ ਟਿਕਾ ਕੇ ਰੱਖਦੀ। ਜਿੰਨੀਆਂ ਤਾਕਤਾਂ ਬੰਦੇ ਕੋਲ ਹੋਣ ਨਾ ਸੰਸਾਰ ਦੀਆਂ, ਉਹਦੇ ਵਿੱਚ ਧਨ ਵੀ ਆ ਜਾਂਦਾ, ਉਹਦੇ ਵਿੱਚ ਵਿਦਿਆ ਵੀ ਆ ਜਾਂਦੀ, ਉਹਦੇ ਵਿੱਚ ਸਿਆਣਪ ਵੀ ਆ ਜਾਂਦੀ ਹੈ, ਸਭ ਕੁਝ ਆ ਜਾਂਦਾ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਿ ਤੂੰ ਸਭ ਕੁਝ ਦੇ ਦਿੱਤਾ ਪਰ ਭਾਂਡਾ ਵੀ ਦੇ ਦੇ ਜਿਹਦੇ ਵਿੱਚ ਸਾਰਾ ਕੁਝ ਪਾ ਕੇ ਮੈਂ ਸੰਭਾਲ ਕੇ ਰੱਖ ਸਕਾਂ। ਜਿਵੇਂ ਕਿਸੇ ਕੋਲ ਹੀਰੇ ਹੋਣ ਤੇ ਖਜ਼ਾਨਾ ਤੇ ਚਾਹੀਦਾ, ਜਿਵੇਂ ਕਿਸੇ ਕੋਲ ਸੋਨਾ ਹੋਵੇ ਤੇ ਉਹਦੇ ਕੋਲ ਸੋਨਾ ਪਾਉਣ ਵਾਸਤੇ ਥਾਂ ਤੇ ਚਾਹੀਦੀ। ਇਸ ਲਈ ਮੈਨੂੰ ਉਹ ਹੁਣ ਬਰਤਨ ਦਿਓ, ਉਹ ਭਾਂਡਾ ਦਿਓ ਜਿਹਦੇ ਵਿੱਚ ਮੈਂ ਤੁਹਾਡੀਆਂ ਸਾਰੀਆਂ ਬਰਕਤਾਂ ਦਿੱਤੀਆਂ ਹੋਈਆਂ ਦਾਤਾਂ ਨੂੰ, ਜਿਹੜਾ ਤੁਸੀਂ ਮੈਨੂੰ ਖਾਣ ਵਾਸਤੇ ਪਹਿਨਣ ਵਾਸਤੇ ਔਰ ਜਿੰਦ ਦਿੱਤੀ ਹੈ ਤੇ ਸਰੀਰ ਦਿੱਤਾ ਹੈ, ਇਹ ਸਾਰੀਆਂ ਚੀਜ਼ਾਂ ਤੁਸੀਂ ਮੰਗਲਾਚਰਨ ਵਿੱਚ ਸੁਣੀਆਂ ਨੇ ਨਾ,
ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ। ਹੁਣ ਇਹਨਾਂ ਚੀਜ਼ਾਂ ਨੂੰ ਮੈਂ ਸੰਭਾਲ ਕੇ ਰੱਖਾਂ, ਯਾਨੀ ਅਹੰਕਾਰੀ ਨਾ ਹੋਵਾਂ। ਉਹ ਕਿਹੜੀ ਚੀਜ਼ ਹੈ? ਉਹ ਸਤਿਗੁਰਾਂ ਨੇ ਅੰਦਰ ਦੀ ਨਿਮਰਤਾ ਮੰਗੀ, ਜਿਹਨੂੰ ਗਰੀਬੀ ਕਿਹਾ ਜਾਂਦਾ ਹੈ, ਮਨ ਦੀ ਨਿਮਰਤਾ, ਮਨ ਦਾ ਅੰਦਰੋਂ ਨਿਰਮਾਣਾਪਣ। ਇਹ ਦੋ ਰੂਪ ਨੇ ਰੱਬ ਦੇ ਪਿਆਰਿਆਂ ਦੇ। ਕਈ ਵਾਰੀ ਉਹ ਲੋਕ ਆਪਣੇ ਆਪਣੇ ਵਕਤ ਦੇ ਅਨੁਸਾਰ ਆਉਂਦੇ ਨੇ, ਔਰ ਕਈ ਵਾਰੀ ਉਹ ਬਾਹਰੋਂ ਖਰਵੇ ਤੇ ਅੰਦਰੋਂ ਨਰਮ, ਕਈ ਵਾਰੀ ਉਹ ਬਾਹਰੋਂ ਵੀ ਨਰਮ ਤੇ ਅੰਦਰੋਂ ਵੀ ਨਰਮ ਪ੍ਰਤੀਤ ਹੁੰਦੇ ਨੇ। ਉਹਨਾਂ ਦਾ ਜ਼ਿਕਰ ਕੀਤਾ ਗੁਰਬਾਣੀ ਨੇ, ਦੀਸ ਆਵਤ ਹੈ ਬਹੁਤ ਭਿਆਲਾ। ਭਿਆਲਾ ਦਾ ਅਰਥ ਹੈ ਖਤਰਨਾਕ, ਬੜਾ ਗੁੱਸੇ ਵਾਲਾ, ਜਿਹਨੂੰ ਵੇਖਿਆ ਡਰ ਲੱਗੇ, ਜਿਹਦਾ ਕੋਈ ਰਸ ਨਾ ਦਿਸੇ, ਵੀ ਇਹ ਤੇ ਕੁਰਖਤ ਆਦਮੀ ਲੱਗਦਾ। ਦੀਸ ਆਵਤ ਹੈ, ਦੀਸ ਦਾ ਅਰਥ ਹੈ ਦਿਸਦਾ ਹੈ ਪਿਆ, ਵੇਖਣ ਵਿੱਚ ਲੱਗਦਾ ਹੈ, ਬਹੁਤ ਭਿਆਲਾ, ਬਹੁਤ ਭਿਆਨਕ, ਬਹੁਤ ਖਤਰਨਾਕ। ਪਰ ਸਗਲ ਸਾਰਿਆਂ ਦੀ ਇਹ ਮਨ ਰਾਲਾ, ਮਨ ਜਿਹੜਾ ਉਹਦਾ ਸਾਰਿਆਂ ਦੀ ਚਰਨ ਰੇਣ ਹੁੰਦਾ, ਨਿਮਰਤਾ ਹੁੰਦੀ ਹੈ। ਇਹ ਸਿਰਫ ਰੱਬ ਦੇ ਪਿਆਰਿਆਂ ਨੂੰ ਛੋਟ ਮਿਲੀ ਹੈ ਗੁਰਬਾਣੀ ਵਿੱਚ, ਜਿਹੜੇ ਅੰਦਰੋਂ ਤੇ ਬਾਹਰੋਂ ਵੱਖਰੇ ਵੀ ਹੋ ਸਕਦੇ ਨੇ, ਨਹੀਂ ਤੇ ਗੁਰੂ ਸਾਹਿਬ ਪ੍ਰਵਾਨ ਨਹੀਂ ਕਰਦੇ। ਉਹ ਕਹਿੰਦੇ ਨੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਪਰ ਇਸ ਪੰਕਤੀਆਂ ਦੇ ਵਿੱਚ ਦੱਸ ਦਿੱਤਾ ਕਿ ਪ੍ਰਭੂ ਦੇ ਪਿਆਰੇ ਕੋਲ ਇਹ ਅਧਿਕਾਰ ਹੈ। ਉਹ ਕਈ ਵਾਰੀ ਆਪਣੀ ਸਿਕਿਉਰਿਟੀ ਕਰਨ ਵਾਸਤੇ, ਕਈ ਵਾਰੀ ਆਪਣੇ ਆਪ ਨੂੰ ਕਵਰੇਜ ਕਰਨ ਵਾਸਤੇ, ਢੱਕਣ ਵਾਸਤੇ, ਜਿਹੜੀ ਉਹਦੇ ਕੋਲ ਦਾਤ ਹੈ ਨਾ, ਉਹਨੂੰ ਢੱਕਣ ਵਾਸਤੇ ਉਹ ਕਈ ਤੌਰ ਤਰੀਕੇ ਵਰਤਦਾ, ਨਹੀਂ ਤੇ ਉਹ ਸ਼ਾਮ ਨੂੰ ਖਿਲਰ ਜਾਏਗੀ। ਬਹੁਤ ਲੋਕ ਤਿਆਰ ਨੇ, ਕਿਉਂਕਿ ਪਾਪ ਕਰਨ ਲੱਗਿਆ ਤੇ ਬਹੁਤ ਮਿੱਠਾ ਲੱਗਦਾ, ਫਿਰ ਉਹਨੂੰ ਭੁਗਤਾਉਣ ਲੱਗਿਆ ਮਨੁੱਖ ਦੌੜਦਾ ਹੈ। ਸ਼ੁਰੂਆਤ ਤਾਂ ਬਹੁਤ ਮਿੱਠੀ ਲੱਗਦੀ ਹੈ। ਇਸ ਲਈ ਅੱਜ ਮੈਂ ਇੱਕ ਸਵੇਰੇ ਬਚਨ ਸੁਣਿਆ ਆਸਾ ਜੀ ਦੀ ਵਾਰ ਦਾ, ਬਹੁਤ ਪਿਆਰਾ ਸੀ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਉਹ ਅੱਗੇ ਪੌੜੀ ਆਵੇਗੀ, ਮੰਦਾ ਮੂਲ ਨਾ ਕੀਜਈ। ਮੂਲ ਦਾ ਅਰਥ ਹੁੰਦਾ ਸ਼ੁਰੂਆਤ, ਜੇ ਬਚਨਾ ਹੀ ਤੇ ਸ਼ੁਰੂ ਹੀ ਨਾ ਕਰ, ਨਹੀਂ ਤੇ ਅੱਗੇ ਵੱਧ ਜਾਏ। ਮੂਲ ਦਾ ਅਰਥ ਹੈ ਜੜ, ਜਿੱਥੋਂ ਸ਼ੁਰੂਆਤ ਹੁੰਦੀ ਹੈ। ਜੇ ਤੂੰ ਕਹਿ ਵੀ ਮੈਂ ਥੋੜਾ ਜਿਹਾ ਕਰਾਂ ਤੇ ਥੋੜਾ ਜਿਹਾ ਛੱਡ ਦਿਆਂ, ਇਹ ਨਹੀਂ ਹੋਏਗਾ। ਜੇ ਤੂੰ ਅਪਰਾਧ ਦੀ ਦੁਨੀਆ ਵਿੱਚ ਪੈਰ ਧਰਨ ਲੱਗਾ ਤੇ ਇਹ ਗੱਲ ਖਿਆਲ ਰੱਖੀ ਵੀ ਬੀਜ ਬੀਜਿਆ ਗਿਆ ਤੇ ਉਹਨੂੰ ਪੱਤਰ ਨਿਕਲਦੇ ਜਾਣਗੇ, ਘਟਣਗੇ ਨਹੀਂ। ਇਸ ਲਈ ਹਜ਼ੂਰ ਨੇ ਕਿਹਾ, ਜਿੱਤ ਸੇਵਿਆ ਸੁੱਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਜਿੱਤ ਕੀਤਾ ਪਾਈਐ ਆਪਣਾ ਸਕਾਲ ਬੁਰੀ ਕਿਉਂ ਘਾਲੀਐ। ਮੰਦਾ ਮੂਲ ਨਾ ਕੀਜਈ, ਇਹ ਗੱਲ ਵੱਖਰੀ ਹੈ ਵੀ ਸਿੱਖ ਗੁਰੂ ਦੇ ਸਹਾਰੇ ਤੇ ਜਿਉਂਦਾ ਤੇ ਉਹਨੂੰ ਕਹਿ ਦਿੰਦਾ ਵੀ ਮੈਨੂੰ ਚੰਗਾ ਕਰਨ ਦੀ ਜਾਚ ਹੀ ਕੋਈ ਨਹੀਂ, ਤੁਸੀਂ ਕਿਰਪਾ ਕਰਨੀ। ਜਿਵੇਂ ਭਾਈ ਲੱਖੂ ਨੇ, ਜਿਹੜਾ ਡਕੈਤ ਸੀ, ਡਾਕੇ ਮਾਰਦਾ ਸੀ, ਕਤਲ ਕਰਦਾ ਸੀ, ਇੱਕ ਗੁਰਸਿੱਖ ਉਹਨੂੰ ਲੈ ਕੇ ਆ ਗਿਆ ਤੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਵੀ ਕੋਈ ਚੰਗਾ ਕੰਮ ਕਰਿਆ ਕਰ। ਉਹਨੇ ਇੱਕ ਬੜੀ ਪਿਆਰੀ ਗੱਲ ਕਹੀ ਸੀ, ਮਹਾਰਾਜ 40-42 ਸਾਲ ਹੋ ਗਏ ਨੇ, ਜੇ ਕਰਨ ਜੋਗਾ ਹੁੰਦਾ ਤੇ ਕਰ ਨਾ ਲੈਂਦਾ ਪਹਿਲਾਂ। ਜੇ ਮੈਂ ਚੰਗਾ ਕੰਮ ਕਰਨ ਜੋਗਾ ਹੁੰਦਾ ਤੇ ਮੇਰੀ ਉਮਰ 40-42 ਸਾਲ ਦੀ ਹੋ ਗਈ, ਮੈਂ ਬੜੇ ਲੋਕਾਂ ਦੇ ਗਲੇ ਕੱਟੇ ਨੇ, ਬੜੇ ਪਾਪ ਕੀਤੇ, ਨਸ਼ੇ ਕੀਤੇ, ਮਨ ਮਰਜ਼ੀ ਕੀਤੀ ਹੈ, ਤੇ ਜੇ ਮੇਰੇ ਵੱਸ ਦੀ ਗੱਲ ਹੁੰਦੀ ਤਾਂ ਮੈਂ ਕਰ ਨਾ ਲੈਂਦਾ। ਮੈਂ ਸਹਿਯੋਗ ਦਿਆਂਗਾ ਕਰਨ ਵਿੱਚ, ਮੈਂ ਸਹਿਮਤ ਹੈ, ਇਹ ਸਿੱਖ ਦਾ ਇਹ ਹਿੱਸਾ ਹੈ ਜੀਵਨ ਦਾ। ਗੁਰੂ ਪਲੱਸ ਸਿੱਖ ਕਿੱਥੋਂ ਸ਼ੁਰੂ ਹੁੰਦਾ ਜੀਵਨ? ਜਿੱਥੇ ਸਿੱਖ ਗੁਰੂ ਨਾਲ ਸਹਿਯੋਗ ਕਰਦਾ ਹੈ ਉਹਨੂੰ ਪਿੱਛੇ ਨਹੀਂ ਖਿੱਚਦਾ, ਤੇ ਸਤਿਗੁਰੂ ਫਿਰ ਉਹਨੂੰ ਨਾਲ ਲੈ ਕੇ ਅੱਗੇ ਤੁਰਦਾ ਹੈ। ਤੇ ਜੇ ਸਿੱਖ ਲੰਬਾ ਪੈ ਜਾਏ ਮੈਂ ਨਹੀਂ ਤੁਰਨਾ, ਮਾਂ ਵੀ ਤਾਂ ਬੱਚੇ ਨੂੰ ਉਹਦਾ ਹੱਥ ਫੜ ਕੇ ਤਾਂ ਹੀ ਤੁਰੇਗੀ, ਘੱਟੋ ਘੱਟ ਪੈਰ ਤਾਂ ਥੱਲੇ ਲਾਏਗਾ ਉਹ। ਤੇ ਜੇ ਉਹ ਲੰਬਾ ਹੀ ਪੈ ਜਾਏ, ਤੁਸੀਂ ਵੇਖਿਆ ਹੋਣਾ ਕਈ ਵਾਰੀ ਜਦੋਂ ਰੁੱਸ ਜਾਂਦੇ ਨੇ ਬੱਚੇ, ਉਹ ਫਿਰ ਲੇਟ ਜਾਂਦੇ ਨੇ ਜ਼ਮੀਨ ਤੇ, ਫਿਰ ਤਾਂ ਉਹਨਾਂ ਦਾ ਕੀ ਉਪਾਅ ਹੋ ਸਕਦਾ ਹੈ? ਸਿੱਖ ਦਾ ਘੱਟੋ ਘੱਟ ਫਰਜ਼ ਇੰਨਾ ਜ਼ਰੂਰ ਹੈ, ਉਹ ਧਰਤੀ ਤੇ ਪੈਰ ਜ਼ਰੂਰ ਲਾਏ, ਯਾਨੀ ਕਿ ਨੀਅਤ ਜ਼ਰੂਰ ਰੱਖੇ, ਤੁਰਨਾ ਉਹਦੇ ਵੱਸ ਦੀ ਗੱਲ ਕੋਈ ਨਹੀਂ, ਤੋਰਨਾ ਗੁਰੂ ਨੇ ਹੈ ਅਰਦਾਸ ਦੇ ਸਹਾਰੇ।
इसलिए सिखी अरदास ते खड़ी है, दावे ते नहीं है। दावा है नहीं सिखी दे विच, अरदास है। लै के तू जाना है, आ मैं गया। दरवेश दे अर्थ ये ने, जेड़ा दरवाजे ते लटकिया होया है, बैठा होया है, बाकी काम उदा नहीं है। बाकी दा कार्य इसे करके सिखी एक निश्चिंतता है। जे असी इहनूं समझ जाइए ना, कमाल ही भी सिखी की है। निश्चिंतता यानी कि जिहदे विच कोई फिक्र नहीं, कोई डर नहीं, कोई प्राप्ति वास्ते काल नहीं, सिर्फ गुरु दे उत्ते अमन्ना है, विश्वास है, धीरज है, टिका है। बड़ी वड्डी इंतजार विच जिउंदा सिख गुरु दे उत्ते भरोसा रख के। और यह हौमै जदों खत्म हो जाए उदों यह अवस्था पैदा होंदी है। इस करके उन्हें कहा, सतगुरु जे मैं चंगा करन जोगा हुंदा तां हुण तां कर लैंदा। गुरु अर्जन देव जी इहदियां विचारां तों बड़े प्रभावित होए सन। एवें नहीं सी कृपा कीती, ਇਹ ਭਾਈ ਲੱਖੂ ਉਹੀ ਹੈ ਜਿਹਨੇ ਬਾਅਦ ਵਿੱਚ ਕਿਹਾ ਸੀ ਬੁੱਧੂ ਤੇਰਾ ਆਵਾ ਨਹੀਂ ਪਕਣਾ, ਬਾਅਦ ਵਿੱਚ ਇਹਦਾ ਨਾਮ ਬਦਲ ਗਿਆ ਸੀ। ਇਹਨੂੰ ਫਿਰ ਕੰਬਲੀਆ ਕਹਿੰਦੇ ਹੁੰਦੇ ਸਨ, ਕਿਉਂਕਿ ਫਿਰ ਇਹਨੂੰ ਸਤਿਗੁਰਾਂ ਨੇ ਤੋੜ ਦਿੱਤਾ ਰੱਬ ਦੇ ਰਾਹ ਤੇ। ਇਹ ਜਿਹੜੇ ਲੋਕ ਹੁੰਦੇ ਨੇ ਬੜੇ ਤਾਕਤ ਵਾਲੇ ਬਦਲ ਜਾਂਦੇ ਨੇ, ਹਿੰਮਤ ਹੁੰਦੀ, ਫੈਸਲਾ ਕਰ ਲੈਂਦੇ ਨੇ, ਸੂਰਮੇ ਹੁੰਦੇ ਨੇ, ਇੱਕਦਮ ਜ਼ਿੰਦਗੀ ਦਾ ਫੈਸਲਾ ਲੈ ਲੈਂਦੇ ਨੇ ਤੇ ਲਾਹੌਰ ਦੇ ਬਾਹਰ ਰਹਿਣ ਲੱਗ ਪਿਆ। ਇਹਦਾ ਨਾਮ ਇਹਦੇ ਕੋਲੇ ਕੰਬਲੀ ਹੁੰਦੀ ਸੀ, ਇਹਦਾ ਕੰਮ ਸੀ ਕਿ ਰਾਤ ਬਾਹਰ ਇਹਦੀ ਝੁੱਗੀ ਸੀ, ਕਿਤੇ ਨਾਮ ਜਪਦੇ ਰਹਿਣੋ ਔਰ ਅੰਮ੍ਰਿਤ ਵੇਲੇ ਲਾਹੌਰ ਵਿੱਚ ਗੇੜਾ ਦੇਣਾ, ਜਿੱਥੋਂ ਇਹ ਪ੍ਰਥਾ ਬਣੀ ਪ੍ਰਭਾਤ ਫੇਰੀ ਕੱਢਣ ਦੀ, ਇੱਥੋਂ ਸ਼ੁਰੂ ਹੋਈ। ਉਦੋਂ ਆਵਾਜ਼ ਦੇਣੀ, ਇਹ ਦੂਜੇ ਤੀਜੇ ਦਿਨ ਪ੍ਰਸ਼ਾਦਾ ਛਕਦਾ ਹੁੰਦਾ ਸੀ ਔਰ ਇਹਨੇ ਪੰਜ ਛੇ ਸੱਤ ਘਰ ਰੱਖੇ ਹੋਏ ਸਨ। ਉਹਨਾਂ ਘਰਾਂ ਦੇ ਵਿੱਚ ਇਹਨੇ ਜਿਹੜੀਆਂ ਬੀਬੀਆਂ ਦਾ ਪ੍ਰਸ਼ਾਦਾ ਪਕਾਉਂਦੀਆਂ ਸਨ, ਵਾਰੀ ਸਿਰ ਮਹੀਨੇ ਚ ਇੱਕ ਵਾਰੀ ਕਿਸੇ ਦੀ ਵਾਰੀ ਆਉਂਦੀ ਸੀ, ਕਦੀ ਇਹਦੀ ਮੌਜ ਆਉਂਦੀ ਸੀ, 24 ਘੰਟਿਆਂ ਬਾਅਦ ਛਕਣ ਵਾਸਤੇ ਜਾਂਦਾ ਸੀ। ਇਹਨੇ ਉਹਨਾਂ ਨੂੰ ਬੀਬੀਆਂ ਨੂੰ ਜਪਜੀ ਸਾਹਿਬ ਕੰਠ ਕਰਾਇਆ ਹੋਇਆ ਸੀ, ਯਾਦ ਕਰਾਇਆ ਹੋਇਆ ਸੀ ਔਰ ਉਹ ਕੰਠ ਜਪਜੀ ਸਾਹਿਬ ਦੇ ਨਾਲ ਉਹ ਭੋਜਨ ਪਕਾਉਂਦੇ ਸਨ। ਇਹ ਛਕਦਾ ਸੀ ਔਰ ਕੇਵਲ ਉੱਥੇ ਜਾਂਦਾ ਸੀ। ਇਸ ਕਰਕੇ ਇਹਨੇ ਕਹਿ ਦਿੱਤਾ, ਬੜਾ ਵੱਡਾ ਵਿਚਾਰਵਾਨ ਬੰਦਾ ਸੀ, ਐਵੇਂ ਨਹੀਂ ਸਤਿਗੁਰਾਂ ਨੇ ਇੰਨੀ ਛੇਤੀ ਕਿਰਪਾ ਕਰ ਦਿੱਤੀ। ਬੰਦੇ ਦਾ ਅੰਦਰ ਹੁੰਦਾ ਹੈ, ਕੋਈ ਜ਼ਰੂਰੀ ਨਹੀਂ ਕੋਈ ਬੰਦਾ ਬਾਹਰੋਂ ਕੇਵਲ ਠੀਕ ਹੈ ਤੇ ਅੰਦਰੋਂ ਵੀ ਉਸੇ ਤਰ੍ਹਾਂ ਹੋਵੇਗਾ। ਕਈ ਲੋਕ ਬਾਹਰੋਂ ਲੱਗਦੇ ਹਨ, ਉਹਨਾਂ ਦੇ ਅੰਤਿਸ਼ਕਰਨ ਠੀਕ ਹੁੰਦੇ ਨੇ, ਉਹਨਾਂ ਦੇ ਅੰਦਰ ਦੇ ਭਾਵ ਠੀਕ ਹੁੰਦੇ ਨੇ। ਇਸ ਕਰਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਸੰਬੰਧ ਦੇ ਵਿੱਚ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ, ਤੁਸੀਂ ਬਾਦਸ਼ਾਹ ਵੀ ਸੱਚੇ ਹੋ, ਤੁਸੀਂ ਦਰਵੇਸ਼ ਵੀ ਸੱਚੇ ਹੋ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਦੋਵੇਂ ਪੱਖ ਰੱਖੇ ਨੇ ਸਤਿਗੁਰੂ ਨੇ। ਇਹ ਜਿਹੜਾ ਭੀਮ ਚੰਦ ਆਇਆ ਨਾਲ ਲਾਓ ਲਸ਼ਕਰ ਲੈ ਕੇ, ਬੜੀ ਸੱਜ ਧੱਜ ਦੇ ਨਾਲ ਦਰਸ਼ਨ ਦੇਣ ਵਾਸਤੇ ਆਇਆ ਤੇ ਸਿੱਖ ਨੇ ਆ ਕੇ ਅਰਦਾਸ ਕੀਤੀ, ਬਾਈ ਧਾਰੀਆਂ ਰਾਜਿਆਂ ਦਾ ਜਿਹੜਾ ਸਭ ਤੋਂ ਵੱਡਾ ਹੈ, ਵੱਡਾ ਰਾਜਾ ਹੈ ਭੀਮ ਚੰਦ, ਉਹ ਤੁਹਾਨੂੰ ਦਰਸ਼ਨ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ। ਹਜ਼ੂਰ ਕਹਿੰਦੇ ਨੇ ਬੁਲਾ ਲਓ, ਆਇਆ ਤਾਂ ਦਰਸ਼ਨ ਦੇਣ ਵਾਸਤੇ ਪਰ ਜਿਵੇਂ ਵੀ ਆਇਆ ਆਉਣ ਦਿਓ। ਕਹਿੰਦੇ ਨੇ ਜਦੋਂ ਅੰਦਰ ਆਇਆ ਨਾ, ਉਸ ਵਕਤ ਦੇ 1.25 ਲੱਖ ਦੀ ਬਣੀ ਹੋਈ ਚਾਨਣੀ ਜਿਹਦੇ ਵਿੱਚ ਗੁਰੂ ਸਾਹਿਬ ਦਾ ਦਰਬਾਰ ਲੱਗਾ ਹੋਇਆ ਸੀ, ਕਾਬਲ ਦੀਆਂ ਸੰਗਤਾਂ ਨੇ ਦਿੱਤੀ ਸੀ, ਉਹਦੇ ਵਿੱਚ ਸਤਿਗੁਰੂ ਸੁਭਾਏ ਮਾਨ ਨੇ, ਜਵਾਨ ਉਮਰ ਹੈ 24-25 ਸਾਲ ਦੀ ਤੇ ਉਹਨਾਂ ਦੀ ਸੁੰਦਰਤਾ ਬਾਰੇ ਤੇ ਸਾਰਿਆਂ ਨੇ ਲਿਖਿਆ ਹੀ ਹੈ ਬਹੁਤ। ਉਹਦੇ ਨਾਲ ਦੀ ਸੁੰਦਰਤਾ ਹੈ ਹੀ ਨਹੀਂ ਕਿਤੇ, ਜਿਹਨੂੰ ਦੇਖ ਕੇ ਸਾਰੀ ਸੁੰਦਰਤਾ ਸਿਰ ਝੁਕਾ ਜਾਂਦੀ। ਉੱਥੇ ਬੈਠੇ ਹੋਏ ਨੇ ਤੇ ਪ੍ਰਸ਼ਾਦੀ ਹਾਥੀ ਚੌਰ ਕਰ ਰਿਹਾ, ਜਿਹੜਾ ਅਸਾਮ ਦੇ ਰਾਜੇ ਨੇ ਦਿੱਤਾ ਸੀ, ਉਹ ਹਾਥੀ ਚੌਰ ਪਿਆ ਕਰਦਾ ਹੈ। ਕਿਉਂਕਿ ਸਤਿਗੁਰਾਂ ਨੂੰ ਪਤਾ ਸੀ ਵੀ ਜਿਵੇਂ ਦਾ ਮਰੀਜ਼ ਆਉਂਦਾ ਦਵਾਈ ਉਵੇਂ ਦੀ ਚਾਹੀਦੀ। ਇਹ ਹੰਕਾਰੀ ਬੰਦਾ ਹੈ, ਪਦਾਰਥਾਂ ਦਾ ਹੰਕਾਰੀ ਹੈ ਤੇ ਇਹਦਾ ਹੰਕਾਰ ਪਦਾਰਥਾਂ ਨਾਲ ਹੀ ਤੋੜਨਾ। ਸ਼ਾਇਦ ਕੋਈ ਫਕੀਰ ਆਉਂਦਾ ਤੇ ਸਤਿਗੁਰੂ ਬਾਹਰ ਮੰਜੇ ਤੇ ਬਹਿ ਕੇ ਵੀ ਮਿਲ ਪੈਂਦੇ, ਕੋਈ ਵੱਡੀ ਗੱਲ ਨਹੀਂ ਸੀ। ਕਈਆਂ ਨੂੰ ਮਿਲੇ ਇਸ ਤਰ੍ਹਾਂ ਬਾਹਰ ਖੁੱਲ੍ਹੇਆਮ ਸਿੱਧੇ ਕੱਪੜਿਆਂ ਵਿੱਚ ਪਰਨਾ ਵਲੇਟਿਆ ਹੋਇਆ, ਆਮ ਦੁਨੀਆਂ ਵਿੱਚ ਵੀ ਜਾਂਦੇ ਸਨ, ਬੜੇ ਸਿੱਧੇ ਸਾਧੇ ਰਹਿਣ ਵਾਲੇ ਵੀ ਸਨ।
ਪਰ ਵੇਖਿਆ ਵੀ ਇੰਨਾ ਹੰਕਾਰੀ ਬੰਦਾ ਆ ਰਿਹਾ ਹੈ, ਇਹਦੇ ਹੰਕਾਰ ਨੂੰ ਤੋੜਨ ਦਾ ਤਰੀਕਾ ਮਾਇਆ ਦਾ ਦਿਖਾਵਾ ਹੀ ਹੋਏਗਾ। ਇਸ ਕਰਕੇ ਬੁਲਾ ਲਿਆ ਸਾਰਾ ਕੁਝ, ਲਾਓ ਇਹ ਚਾਂਦਨੀ ਲਾਓ, ਹਾਥੀ ਨੂੰ ਸਪੈਸ਼ਲ ਖੜਾ ਕੀਤਾ ਔਰ ਪੰਜ ਕਲਾ ਸ਼ਸਤਰ, ਇੱਧਰ ਗੁਰੂ ਕੇ ਸਿੱਖ ਤਿਆਰ ਪਰ ਤਿਆਰ ਜਿਨ੍ਹਾਂ ਦੀਆਂ ਮੁੱਛਾਂ ਕੁੰਡੀਆਂ ਸਨ, ਸ਼ਸਤਰ ਲਾਏ ਹੋਏ ਚੜ੍ਹਦੀ ਕਲਾ ਵਿੱਚ, ਜਦੋਂ ਸਾਹਮਣੇ ਆਇਆ ਨਾਲ। ਹੁਣ ਤੁਹਾਨੂੰ ਇਹ ਪਤਾ ਹੈ ਵੀ ਸੰਸਾਰ ਦੀ ਸੁੰਦਰਤਾ ਜਿਹੜੀ ਹੈ ਉਹ ਰੂਹਾਨੀਅਤ ਸੁੰਦਰਤਾ ਦੇ ਅੱਗੇ ਕਿੱਥੇ ਟਿਕਦੀ ਹੈ। ਉਹ ਤੇ ਬਾਹਰ ਦੀ, ਉਹ ਤੇ ਮਿੱਟੀ ਦੀ ਸੁੰਦਰਤਾ ਹੈ ਨਾ। ਅਸਲ ਵਿੱਚ ਸੁੰਦਰਤਾ ਦਾ ਸੰਬੰਧ ਆਤਮਾ ਨਾਲ ਹੀ ਹੈ। ਜੇ ਤੁਸੀਂ ਡੂੰਘੇ ਵਿੱਚ ਚਲੇ ਜਾਓ ਨਾ, ਜੇ ਸਰੀਰ ਦੀ ਵੀ ਸੁੰਦਰਤਾ ਹੈ ਤੇ ਉਹ ਕਿਸੇ ਨਾ ਕਿਸੇ ਆਤਮਕ ਹੁਲਾਰੇ ਨਾਲ ਜੁੜੀ ਹੋਈ ਹੈ, ਕੋਈ ਭਾਗ ਹੈ ਅੰਦਰ ਮਨੁੱਖ ਦੇ, ਤਾਂ ਉਹਦੇ ਵਿੱਚ ਕਸ਼ਿਸ਼ ਹੈ, ਤਾਂ ਉਹਦੇ ਵਿੱਚ ਖਿੱਚ ਹੈ, ਉਹ ਕੋਈ ਰੱਬ ਦਾ ਹੀ ਰੰਗ ਹੈ। ਇਸ ਲਈ ਸਤਿਗੁਰਾਂ ਨੇ ਬਾਣੀ ਵਿੱਚ ਕਹਿ ਦਿੱਤਾ, ਬੰਦਗੀ ਕਰਨ ਦਾ ਤੇਰੇ ਕੋਲ ਇੱਕ ਇਹ ਵੀ ਰਾਹ ਹੈ ਕਿ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ, ਇਹਦੇ ਨਾਲ ਵੀ ਤੂੰ ਬੰਦਗੀ ਕਰ ਸਕਦਾ, ਕਿਉਂਕਿ ਇਹ ਉਹਦਾ ਹੀ ਹੈ, ਇਹ ਉਹਨੇ ਪੈਦਾ ਕੀਤਾ ਹੈ, ਉਹ ਖੁਦ ਹੀ ਪੈਦਾ ਹੋਇਆ ਹੈ, ਉਹ ਆਪਣੇ ਆਪ ਵਿੱਚ ਖੁਦ ਹੀ ਸੁੰਦਰ ਬਣ ਗਿਆ। ਇਹ ਹਉਮੈ ਦਾ ਅਭਾਵ ਹੈ। ਹਜ਼ਾਰਾਂ ਹੀ ਰਸਤੇ ਗੁਰਬਾਣੀ ਨੇ ਹਉਮੈ ਨੂੰ ਤੋੜਨ ਦੇ ਦੱਸੇ ਨੇ। ਕਿਸੇ ਚੀਜ਼ ਦਾ ਕੰਡੇਮ ਕਿਸੇ ਵਸਤੂ ਨੂੰ ਕੀਤਾ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਨੇ, ਸਿਰਫ ਉਹਦੀ ਵਰਤੋਂ ਕਰਨ ਦੀ ਜਾਚ ਸਿਖਾਈ। ਦੁਨੀਆਂ ਵਿੱਚ ਕੁਝ ਗਲਤ ਹੈ ਹੀ ਨਹੀਂ ਹੈ, ਦੁਨੀਆਂ ਵਿੱਚ ਕੁਝ ਵੀ ਗਲਤ ਨਹੀਂ ਹੈ, ਗਲਤ ਸਿਰਫ ਉਹਦੀ ਵਰਤੋਂ ਹੈ। ਜਦੋਂ ਉਹਨੂੰ ਮਨੁੱਖ ਗਲਤ ਵਰਤ ਲੈਂਦਾ ਹੈ ਉਦੋਂ ਗਲਤ ਹੋ ਜਾਂਦਾ ਹੈ, ਕੁਝ ਵੀ ਗਲਤ ਨਹੀਂ ਹੈ ਸੰਸਾਰ ਦੇ ਵਿੱਚ। ਇਸ ਲਈ ਜਦੋਂ ਭੀਮ ਚੰਦ ਆਇਆ, ਹੁਣ ਕਲਗੀਆਂ ਛਲਗੀਆਂ ਤੇ ਉਹਨੇ ਵੀ ਬਹੁਤ ਲਾਈਆਂ ਸਨ, ਨਾਲ ਪੰਜ ਸੱਤ ਵਜ਼ੀਰ ਜਿਹਾ ਇਕੱਠੇ ਕਰਕੇ ਛੋਟੀਆਂ ਵੱਡੀਆਂ ਕਿਰਪਾਨਾਂ ਪਕੜਾ ਕੇ ਲਿਆਇਆ ਵੀ ਗੁਰੂ ਤੇ ਰੋਹ ਪਾਉਣਾ ਹੈ। ਤੇ ਉਸ ਵੇਲੇ ਭਾਈ ਵੀਰ ਸਿੰਘ ਕਹਿੰਦੇ ਜਦੋਂ ਅੰਦਰ ਵੜਿਆ ਨਾ, ਸਾਹਮਣੇ ਦੀਦਾਰ ਕੀਤੇ, ਹੁਣ ਇੱਕ ਪਾਸੇ ਪੰਜ ਸੱਤ ਪ੍ਰਸ਼ਾਦੇ ਰੋਜ਼ ਛੱਕ ਕੇ ਰਾਤ ਨੂੰ ਸੌਣ ਵਾਲਾ ਤੇ ਸਵੇਰੇ ਸੂਰਜ ਚੜ੍ਹੇ ਉੱਠਣ ਵਾਲਾ ਉਹ ਬੁੱਢਾ ਭੀਮ ਚੰਦ, ਤੇ ਦੂਜੇ ਪਾਸੇ ਉਹ 25-26 ਸਾਲਾਂ ਦੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਕਈ ਸਾਲ ਵਾਹਿਗੁਰੂ ਦੀ ਯਾਦ ਵਿੱਚ ਪਿੱਛੇ ਕਿਤੇ ਲੰਘੇ ਸਨ, ਉਹ ਸਾਰੀ ਸੁੰਦਰਤਾ ਅੰਦਰ ਝਲਕਾਂ ਮਾਰਦੀ ਸੀ। ਜਿਹੜੇ ਸਵੇਰੇ ਕਿਤੇ ਰੱਬ ਦੇ ਪਿਆਰ ਵਿੱਚ ਜ਼ਰੂਰ ਉੱਠ ਕੇ ਬਹਿੰਦੇ ਸਨ, ਉਹ ਉੱਥੇ ਜਾ ਕੇ ਉਹ ਮੁਕਾਬਲਾ ਕਿਵੇਂ ਕਰਦਾ। ਜਦੋਂ ਸਾਹਮਣੇ ਆਇਆ ਤੇ ਭਾਈ ਵੀਰ ਸਿੰਘ ਕਹਿੰਦੇ ਸਤਿਗੁਰਾਂ ਨੇ ਇੱਕ ਨਜ਼ਰ ਮਾਰੀ, ਸਾਰਾ ਖਾਲੀ ਹੋ ਗਿਆ, ਫਿੱਕਾ ਪੈ ਗਿਆ, ਇਉਂ ਪ੍ਰਤੀਤ ਹੋਇਆ ਜਿਵੇਂ ਕਿਸੇ ਸ਼ੇਰ ਦੇ ਸਾਹਮਣੇ ਕੋਈ ਭੇਡ ਖੜੀ ਹੁੰਦੀ ਹੈ, ਉਹਦੇ ਵੱਲ ਕਿੰਨੇ ਵੇਖਣਾ ਸੀ, ਕਿਸੇ ਨੂੰ ਪਤਾ ਹੀ ਨਹੀਂ ਆਇਆ ਕਿ ਨਹੀਂ, ਉਹਨੂੰ ਵੇਖਣਾ ਪੈ ਗਿਆ, ਮਜਬੂਰ ਹੋ ਗਿਆ। ਦੀਦਾਰ ਕੀਤੇ, ਫਿੱਕਾ ਪੈ ਗਿਆ, ਸਤਿਗੁਰਾਂ ਨੇ ਬੜੇ ਖੁਸ਼ ਹੋ ਕੇ ਪਿਆਰ ਨਾਲ ਆਮਦ ਕੀਤੀ, ਖੁਸ਼ ਆਮਦੀਦ ਕਹੀ ਔਰ ਬੜੇ ਪਿਆਰ ਦੇ ਨਾਲ ਬੁਲਾਇਆ ਕਿ ਤੁਸੀਂ ਬਜ਼ੁਰਗ ਹੋ, ਵੱਡਾ ਸੀ ਉਮਰ ਵਿੱਚ, ਬੈਠ ਜਾਓ। ਪਰ ਉਹਦੇ ਵਿੱਚ ਬੈਠਣ ਦੀ ਹਿੰਮਤ ਵੀ ਨਹੀਂ, ਕਹਿਣ ਲੱਗਾ ਮੈਂ ਆਰਾਮ ਕਰਨਾ ਹੈ, ਮੈਂ ਇੱਥੇ ਬਹਿਣਾ ਨਹੀਂ, ਕਿਉਂਕਿ ਹਉਮੈ ਸੀ ਨਾ ਅੰਦਰ, ਫਿੱਕਾ ਪੈ ਗਿਆ, ਮੈਂ ਤੁਰ ਕੇ ਆਇਆ, ਆਰਾਮ ਤੇ ਕਰਕੇ ਆਇਆ ਸੀ, ਮੈਂ ਆਰਾਮ ਕਰਨਾ ਚਾਹੁੰਦਾ। ਸਤਿਗੁਰੂ ਕਹਿੰਦੇ ਨੇ ਬਾਦਸ਼ਾਹ ਹੋ ਕੇ ਵੀ ਆਰਾਮ, ਤੂੰ ਵੀ ਥੱਕ ਗਿਆ, ਦਿਹਾੜੀ ਕਰਕੇ ਆਇਆ ਕਿਤੋਂ, ਆਹ ਦੂਜੇ ਆਦਮੀ ਤੇ ਵਿਚਾਰੇ ਥੱਕੇ ਹੋਣਗੇ, ਕੰਮ ਕਰ ਕਰਕੇ ਰੋਟੀ ਖਾਣੀ ਹੈ, ਤੂੰ ਵੀ ਥੱਕ ਗਿਆ, ਤੈਨੂੰ ਕੀ ਹੋ ਗਿਆ। ਸਤਿਗੁਰਾਂ ਨੇ ਕਿਹਾ ਤੂੰ ਨਹੀਂ ਥੱਕਾ, ਤੇਰਾ ਹੰਕਾਰ ਥੱਕ ਗਿਆ ਹੈ, ਬੜੇ ਲੋਕ ਥੱਕੇ ਹੋਏ ਨੇ, ਤੇਰਾ ਹੰਕਾਰ ਡਿੱਗ ਪਿਆ ਹੈ, ਤੂੰ ਉਹਦੇ ਆਸਰੇ ਜਿਉਂਦਾ ਰਿਹਾ, ਅੱਜ ਉਹ ਟੁੱਟਾ ਹੈ, ਅੱਜ ਉਹ ਡਿੱਗ ਪਿਆ, ਇਸ ਲਈ ਤੂੰ ਕਮਜ਼ੋਰੀ ਮਹਿਸੂਸ ਕਰ ਰਿਹਾ ਹੈ। ਤੂੰ ਇਸ ਲਈ ਜਿਸ ਕੈ ਅੰਤਰ ਰਾਜ ਅਭਿਮਾਨ, ਕੱਲ ਵਾਲਾ ਜਿਹੜਾ ਵਿਸ਼ਾ ਸੀ, ਸੋ ਨਰਕ ਪਾਤੀ ਹੋਵਤ ਸਵਾਨ। ਇਹ ਤੇ ਸਤਿਗੁਰਾਂ ਨੇ ਤੇ ਆਪ ਜੋ ਕੁਝ ਕਿਹਾ, ਉਹਨਾਂ ਨੇ ਕਿਹਾ ਵੀ ਤੂੰ ਜੋ ਕੁਝ ਕਰਨਾ ਨਾ, ਮਸਲਾ ਸਿਰਫ ਇਹ ਹੈ, ਤੂੰ ਜੋ ਵੀ ਕਰ ਰਿਹਾ ਆਪਣੇ ਵਾਹਿਗੁਰੂ ਦੇ ਉੱਤੇ ਸੌਂਪ ਦੇ ਕਿ ਮੈਂ ਨਹੀਂ ਕਰ ਰਿਹਾ। ਆ ਇੱਕ ਸਵਈਆ ਉਹਨਾਂ ਦਾ, ਕਿੰਨੀ ਮਹਿੰਗੀ ਬਾਣੀ, ਕਿੰਨਾ ਕਰਤੱਵ ਕੀਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ। ਇਕੱਲੇ ਜੰਗ ਨਹੀਂ ਲੜੇ, ਅਸੀਂ ਤਾਂ ਕੇਵਲ ਤਲਵਾਰਾਂ ਦੀ ਗੱਲ ਕੀਤੀ ਹੈ ਨਾ, ਉਹ ਤਾਂ ਇੱਕ ਹਿੱਸਾ ਸੀ ਗੁਰੂ ਗੋਬਿੰਦ ਸਿੰਘ ਦਾ ਤੇ ਲਾਚਾਰ ਕੀ ਸੀ। ਬੜੇ ਵੱਡੇ ਸਾਹਿਤਕਾਰ ਔਰ ਉਹਨਾਂ ਨੇ ਹਿੰਦੁਸਤਾਨ ਦੇ ਜਿੰਨੇ ਕਵੀ ਸਨ ਸਾਰੇ ਬੁਲਾਏ
और कमियां नू इनाम दिते, उन्हां दी इज्जत समझी, उन्हां दी थां नू समझिया। अज तक इतिहास बोल के कहिंदा है कि गुरु गोबिंद सिंह सच्चे पातशाह ने सानू सिखाया है कि साहित्यकार लोकां नू कैड़ी थां ते असी दर्जा देना है। वह अपनी मर्जी नाल सेवा करन वखरी गल है, वह सेवादार नहीं हने ख्याल रखना। कुछ चीजा तो असं कहने भी खुआर हो गए, खुआर तो होना ही। मैं आप कई सज्जन वेखे ने प्रबंधक नगर कीर्तन निकलता हो पांच गुरु के सिंह जिन्हों का अधिकार है उन्होंने कोई आवाज मार के हुक्म नहीं दे सकता पांच प्यारियां नूं भी तुसीं इधर नूं चलो। जदों पांच सिंह अपने होंद विच आउंदे ना, पांच प्यारे नगर कीर्तन विच होण भावे अमृत छकाउण दे मामले विच होण, दुनिया की किसी अहदे का किसी मनुख की कोई ताकत नहीं कि उन्हों का ना लैके उन्होंने हुक्म दवे भी तुसीं इधर क्यों नहीं आते। यह गुरु का सिद्धांत है, पर यह गुरु कृपा करे जिथे सानू गुरु ने गुरुद्वारियां का प्रबंधक करन दा सेवा की दात बख्शी है उथे असी गुरमत नू पढ़िए भी जरूर ताकि पता लगे भी इन्हां लोकां दी थां कहड़ी। उन्हां नू सिर्फ असी हथ जोड़ के ना लैण तो बिना यह लफ्ज वरत सकने। खालसा जी साहब यह बेनती है, जे कोई काम करना है ना इधर उधर करना है उन्होंने उस वेले उन्हों का ना लैना मत मन मत है, उन्होंने पिछले ना नाल पुकारना, उन्होंने नाम नहीं लिया जा सकता। पर की करिए, ये हुण तुसीं जानदे हो भी किन्हां लोकां दे हाथ विच वागडोर आ चुकी है। ये गुरमत का दायरा यह किहड़े लोग ने, यह अपने हत्थां नाल सेवा करन तां बड़ी चंगी गल, इन्हां नूं असीं ऑर्डर नहीं दे सकते जिहड़ी थां है। और गुरु कलगियां वाले ने कहा जदों तू इन्हां नूं ऑर्डर दिता, जब ये कहे विपरन की रीत मैं ना करूं इन की प्रतीत, जे तू मेरी गल तो बाहर गया तो मैं फिर तेरे काम नहीं आना। जे तू मेरे दायरे में चलेगा, मैनू अपना आप सौंप देगा, तो फिर एक गल याद रखी, मैं अपने कोल रखना ही कुछ नहीं, जो कुछ है मैं सारा कुछ तेनू दे देना है। ते जे तू मेरे हुक्म तो बाहर गया फिर मेरी आस ना करी भी मैं तेनू आके किसी दुख तो छुड़ावांगा। इस करके ये हउमै टुट गई इसकी। भीम चंद चला गया, कहिंदा आराम करना, सतगुरु कहिंदे लै जाओ इसनू आराम कराओ। पर बाहर खड़ा होया अपने वजीर नू, वजीर नू बुलाया, कहन लगा मैं अज अपनी जिंदगी दे सब तो दुखी दिन विच जी रहा। वो कहिंदा कमाल हो गई, लोग तां इत्थों सुख लैण आउंदे, तू क्यों दुखी हो गया। पिछे एक होर खड़ा सी, उन्हें कहा भी इहदे दुख दा कारण बहुत वड्डा, इहनू लै चलो वापस, बड़ा पुराना मरीज है, हउमै दीर्घ रोग है। और जांदिया जांदिया कह दिता ये तीन चीजां गुरु तो मंग लवो। जिहड़ियां तीन चीजां वेखियां सन, वजीर नूं भेजिया, एक ते चाननी, एक प्रसादी हाथी, ते एक पंज कला शस्त्र जिहड़ा सी। ये तीन चीजां गुरु तो मंग लवो। उहदे बेटे लड़के दा विआह सी अजमेर चंद दा। ये तीन चीजा मंगण वास्ते जो वजीर गया, भी बा भीम चंद ने तीन चीजा मंगिया ने, सतगुरां ने एक बचन कहा, कहन लगे भीम चंद भुल गया है, उन्हूं पता नहीं, वह मेनू वेख के नहीं गया, वह चीजा वेख के चला गया और वह भुल गया है, भुलेखे में चला गया, धोखा खा गया। क्यों? जे किते वह मेनू मंग लैंदा ते तिन्हां दी गल करदा सारी दुनिया ही आउंदी सी। उन्हें चीजा मंग लिया, उन्हें मेनू नहीं मंगया, यह नहीं कहा भी सतगुरु तू मेनू चाहिए, तेरा प्यार चाहिए, मेनू मेरे नाल जोड़ लेंदा संबंध। ते भीम चंदा फिर इस दुनिया की केड़ी गल है, पर लोग तक सारा कुछ तेरा सा, पर तू ये तीन चीजा मंग बैठा है। इस करके ना उन्हें तीन मिल गया ते ना गुरु मिलेगा, कुछ भी नहीं होगा। इहदे तो पहली लड़ाई जिहड़ी तुसीं जाणदे हो, खैर विशा लंबा है, भंगाणी दा युद्ध जिहड़ा पहला होया सी यमुना दे किनारे ते पौंटा साहिब, इह इस चक्कर विच होया सी, इत्थों सारा कुछ शुरुआत हुंदी है। इस करके अज दे इहनां शब्दां विच अखरी अर्थ करन दा यतन करिए। हजूर कहिंदे ने हउमै सब तों वड्डा बंधन है जीवन दा, मनुख दुख तों पार जाणा चाहुंदा, जिहड़ी शुरू विच बेनती कीती सी।
पर दुनिया का सब तो वड्डा दुख है मैं। इसलिए सतगुरु ने कहा जे तू सुखी होना चाहना है तो जो कुछ करना है तू इउं प्रतीत कर वाहगुरु मेरे राही कर रहा है। जे तेरे विच कोई सियाणप भरी है, तेरे विच कोई कला भरी है, जो कुछ भी तेरे कोल है तू उहदे उत्ते अपनी मोहर ना ला। ते जदों तू अपनी मोहर लानी छड्ड दित्ती तू हर एक कर्म दे विच उहदे हथ वेख लै ते फिर वेखी तेरे जीवन विच आनंद की वरखा किवें आउंदी। ताँ ही हजूर ने कहा सहस तब नैन आ अखां ते सारियां तेरियां ने पर मनुख अपनियां समझ लैंदा है, इन्हां विचों तू ही ते देख रहा है। सहस तब नैन, सहस दा अर्थ हजारां, हजार नहीं हजारां। आ जिन्ने जीव इन्हां अखां राहीं वेखदे ने अकाल पुरख तू इन्हां विचों वेख रहा है पर उन्हां ने विच अपनी लत अड़ा ले भी असीं देख रहे हैं, इस करके दुखी हो रहे हैं। सतगुरु कहिंदे अखां दे विचों नूं वेखण दी इजाजत दे, थोड़ा जिहा तूं उहदे रंग दे विच लीन हो के तां देख, थोड़ा जिहा उहदे विच डुबकी ला के तां वेख, फिर उदों ही इह घटना वापरेगी। नैण रहे रंग लाई अब बेगल कहन ना जाई। उस वक्त ही हजूर ने कहा कि हर अमृत पिने लोयना मन प्रेम रतना राम राजे। इहनूं ही सतगुरु ने कहा कि नैण अलोयड़ा मेरा साजनड़ा, सारियां अखां ही उहदियां ने, सारे हाथ ही उहदे ने, सारे मूंह ही उहदे ने, सारे कन्न उहदे ने। सहस तब नैण नन नैण है तोहे को सहस मूरत, मूरत दा अर्थ शरीर। आ सारे हजारां शरीर तेरे ही ते हन, तू कई तरह दे रूप रंग बना के तुरिया फिरना। मकसद सिर्फ ए है गुरबाणी दा, मनुख कहिंदा दुख हटना चाहिदा, सतगुरु कहिंदे मैं छड दे। दुख दा इलाज मैं नूं छड्डण विच है। जे तू सुख चाहुंदा है ते तू नाल संबंध जोड़ लै। इसलिए गुरु नानक साहब ने जदों सौदा वंडिया मोदी खाने दे विच, लुटा दिता सारा कुछ, वह गिण रहे सन किसी नूं सौदा तोड़ के दे रहे सन। यह एक अवस्था सी होमै दा अभाव जिहदे विच आदमी काम करदा करदा उस काम दे विच ही लीन हो जाता है, जिहदा भोजन छकने नाम बन जाता है। इस तरह का व्यक्ति जिहदा बोलना नाम हुंदा है, जिहदा भोजन छकना, जिहदा काम करना नाम है, जिहदा वेखना भी नाम है, जिहदा सुनना भी नाम है, जिसका सौना ते जागना भी नाम है। इस तरह उस सौदा तोलदियां तोलदियां एक दो तीन चार पांच गिणदे गए ते जदों गिनती आई 12-13 ते उत्थे 13 तो बिंदी हट गई ते 13 रह गया, 13 खत्म हो गया, 13 हटा दिता गया, 13 कह दिता ते उहदे तो अगे गिनती करनी बंद कर दिती। तोली गए पर 13-13 कह के तोली गए, दौलत खां कोल खबर गई, रौला पै गया, नानक नूं पता नहीं की है, 13-13 करी जांदा। दौड़ के आए, दौलत खां नूं बुलाया गया, बांह फड़ के हिलाया, कहन लगे उस वेले सतगुरु नहीं सन कहिंदे तू 13 तो अगे बोल, सौदा अगे तोड़ रहा ते 13 तो अगे जांदा नहीं। सतगुरु ने कहा दे तू अगे कोई गिनती नहीं है, यह सब तो अखीरला हिंदसा है, यह सब तो अखीरला अंक है, इहदे तो अगे जिन्नियां गिनतियां हन सारियां बेकार ने, इसलिए मैं इस तो अगे नहीं जावांगा। जिहड़े लोग इस तो अगे गए वह खुआर हो गए, जिन्हां ने मेरा कहा वह गर्क हो गए, जिन्हां ने तेरा कहा वह खलास हो गए। उन्हें कहा घाटा पै जाएगा, तू घाटे में चला जाएगा। सतगुरु ने कहा दौलत खां एक गल मैं तेनू यकीन नाल कहना, तू 13-13 कहना शुरू कर दे, 13-13 कहिंदिया कदी घाटे नहीं पैंदे, घाटा उदों पैंदा जदों बंदा मेरा मेरा करदा है, इहदे तों वड्डा होर कोई सौदा नहीं है। इस करके हौमै नूं मिटाउण दा एक तरीका गुरु साहिब कह रहे ने, पर मनुख की करदा है हौं विच दित्ता जो कुछ दिंदा है उहदे उत्ते भी अपनी मोहर ला दिंदा है। हौं विच लिया ते जदों फिर दे के वापस मंगदा है ना उदों गुरु नूं कहिंदा वी तैनूं दित्ता सी उहदे उह गल कर मेरे नाल वापस दित्ता क्यों नहीं, उहदे उत्ते भी हौमै है, दावा है। ਇਹ ਹਉਮੈ ਬੜੀ ਬਰੀਕ ਪੁਰਾਣੀ ਬਿਮਾਰੀ ਹੈ ਮਨੁੱਖ ਦੇ ਮਨ ਵਿੱਚ, ਸੱਚ ਜਾਣੋ। ਦਾਸ ਨੂੰ ਇੱਕ ਵਾਰੀ ਸਮਾਂ ਮਿਲਿਆ, ਹੇਮਕੁੰਟ ਸਾਹਿਬ ਸੱਜਣ ਨਾਲ ਲੈ ਕੇ ਚਲੇ ਗਏ ਪਹਾੜਾਂ ਦੇ ਵਿੱਚ। ਉੱਥੇ ਮੈਂ ਹੈਰਾਨ ਹੋ ਗਿਆ
ਉਹਨਾਂ ਬਰਫਾਂ ਦੇ ਵਿੱਚ, ਉੱਥੇ ਪੱਥਰਾਂ ਦੇ ਵਿੱਚ ਬੜੇ ਬੜੇ ਬੀਆਬਾਨ ਰੁੱਖ ਜੰਗਲ, ਔਰ ਉਹਨਾਂ ਦੇ ਉੱਤੇ ਜਿਹੜੇ ਪੱਥਰ ਸਨ ਉਹਨਾਂ ਦੇ ਉੱਤੇ ਨਾਮ ਲਿਖੇ ਹੋਏ ਕਈ ਸੱਜਣਾ ਦੇ, ਪੱਥਰਾਂ ਤੇ ਰਾਹ ਵਿੱਚ ਹੇਮਕੁੰਟ ਸਾਹਿਬ ਨੂੰ ਜਾਂਦੇ ਉੱਤੇ ਨਾਮ ਲਿਖਿਆ ਫਲਾਣਾ ਸਿੰਘ ਉਹਦਾ ਇਹ ਪਿੰਡ ਹੈ ਔਰ ਉਹ ਇਸ ਤਰੀਕ ਨੂੰ ਇੱਥੋਂ ਲੰਘਿਆ, ਇੱਥੋਂ ਗਿਆ ਹੈ, ਕਈ ਪੱਥਰਾਂ ਤੇ ਨਾਮ ਲਿਖੇ ਹੋਏ। ਉੱਥੇ ਬੈਠਿਆਂ ਬੈਠਿਆਂ ਵਿਚਾਰ ਚੱਲੀ ਵੀ ਕਮਾਲ ਹੋ ਗਈ, ਮਨੁੱਖ ਗਿਆ ਤੇ ਗੁਰੂ ਗੋਬਿੰਦ ਸਿੰਘ ਨੂੰ ਮਿਲਣ ਵਾਸਤੇ ਹੈ, ਨਾਂ ਫਿਰ ਆਪਣੇ ਲਿਖੀ ਜਾਂਦਾ ਰਾਹ ਵਿੱਚ। ਇਹ ਪ੍ਰਤੀਕ ਨੇ ਸਾਰੇ, ਹਉਮੈ ਦੇ ਇਸ਼ਾਰੇ ਨੇ, ਉਹ ਅੰਦਰੋਂ ਮਰਨ ਵਾਸਤੇ ਤਿਆਰ ਨਹੀਂ ਹੈ, ਉਹ ਖੜੀ ਹੋਈ ਹੈ, ਉਹ ਆਪਣੇ ਨਾਮ ਲਿਖਾਉਂਦੀ ਹੈ। ਇਸ ਲਈ ਗੁਰਦੁਆਰਿਆਂ ਵਿੱਚ ਵੀ ਲੋਕ ਆਪਣੇ ਨਾਮ ਲਿਖਾਉਂਦੇ ਨੇ, ਪੱਥਰਾਂ ਤੇ ਨਾਮ ਲਿਖਵਾਉਂਦੇ ਨੇ। ਇਹ ਸਾਰੀ ਹਉਮੈ ਦਾ ਪਸਾਰਾ ਸਤਿਗੁਰੂ ਕਹਿੰਦੇ। ਮੈਂ ਇੱਕ ਬੇਨਤੀ ਵਿੱਚ ਕਰਦਾ ਕਰਦਾ ਅੱਗੇ ਲੰਘ ਗਿਆ ਸੀ, ਗੁਰੂ ਰਾਮਦਾਸ ਕਹਿੰਦੇ ਜੇ ਤੂੰ ਗੁਰੂ ਕੋਲ ਆਉਣਾ ਹੈ ਤਾਂ ਗੁਜਰੀ ਰਾਗ ਦਾ ਸ਼ਬਦ ਹਰ ਕੇ ਜਨ ਸਤਿਗੁਰ ਸਤਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ। ਕੀਰੇ ਦਾ ਅਰਥ ਹੈ ਕੀੜੇ, ਕੀੜਾ ਵੀ ਦਿਸ ਪੈਂਦਾ ਹੈ, ਤੇ ਕਿਰਮ ਦਾ ਅਰਥ ਹੈ ਉਹ ਕੀੜਾ ਜਿਹੜਾ ਦਿਸਣ ਵਿੱਚ ਨਹੀਂ ਆਉਂਦਾ। ਜੇ ਤੂੰ ਗੁਰੂ ਕੀ ਸ਼ਰਨ ਵਿੱਚ ਆਉਣਾ ਹੈ ਤੇ ਕਿਰਮ ਵਾਂਗੂ ਆਉਣ ਦਾ ਯਤਨ ਕਰ, ਜਿਹੜਾ ਹੁੰਦਾ ਜ਼ਰੂਰ ਹੈ ਪਰ ਦਿਸਦਾ ਕੋਈ ਨਹੀਂ, ਆਪਣੇ ਆਪ ਨੂੰ ਇੰਨਾ ਲੁਕਾ ਕੇ ਰੱਖ। ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਤੇ ਜਦੋਂ ਕੋਈ ਕਿਰਮ ਬਣ ਕੇ ਆਏਗਾ ਫਿਰ ਕਰ ਦਇਆ ਨਾਮ ਪ੍ਰਕਾਸ਼, ਉੱਥੇ ਨਾਮ ਦਾ ਪ੍ਰਕਾਸ਼ ਹੋਏਗਾ। ਸਤਿਗੁਰਾਂ ਨੇ ਕਿਹਾ ਹਉ ਵਿੱਚ ਦਿੱਤਾ ਹਉ ਵਿੱਚ ਲਾਇਆ। ਮਨੁੱਖ ਜਦੋਂ ਕਿਸੇ ਨੂੰ ਦਿੰਦਾ ਹੈ ਉਦੋਂ ਵੀ ਹੰਕਾਰ ਦੀ ਮੋਹਰ ਲਾ ਕੇ ਦਿੰਦਾ ਹੈ, ਤੇ ਫਿਰ ਦਾਵਾ ਕਰਕੇ ਮੰਗਦਾ ਮੈਂ ਇੰਨਾ ਦਿੱਤਾ ਹੈ ਮੈਨੂੰ ਵਾਪਸ ਕਿਉਂ ਨਹੀਂ ਮਿਲਦਾ। ਹਉ ਵਿੱਚ ਖੱਟਿਆ, ਜਦੋਂ ਇਸ ਸੰਸਾਰ ਵਿੱਚ ਕੁਝ ਧਨ ਖੱਟਦਾ ਹੈ ਉਹ ਵੀ ਹੰਕਾਰ ਵਿੱਚ ਖੱਟਦਾ, ਮੈਂ ਇੰਨਾ ਇਕੱਠਾ ਕਰਨਾ ਹੈ, ਮੈਂ ਇੰਨੇ ਵੱਡੇ ਬਣਨਾ ਹੈ। ਹਉ ਵਿੱਚ ਗਿਆ ਔਰ ਹਉਮੈ ਦੇ ਵਿੱਚ ਹੀ ਉਹ ਸਾਰਾ ਧਨ ਨਸ਼ਟ ਹੋ ਜਾਂਦਾ ਹੈ, ਕਿਉਂਕਿ ਮਾਇਆ ਦੇ ਸੰਬੰਧ ਵਿੱਚ ਕਿਹਾ ਗਿਆ ਕਿ ਗੁਰਬਾਣੀ ਨੇ ਇਹਨੂੰ ਕਿਹਾ ਵੀ ਸੁਹਾਗਣ ਹੈ, ਸਦਾ ਸੁਹਾਗਣ ਹੈ, ਔਰ ਇਹਦਾ ਪਤੀ ਕਦੇ ਨਹੀਂ ਮਰਦਾ। ਇਹਦੇ ਸੰਬੰਧ ਵਿੱਚ ਬਾਣੀ ਵਿੱਚ ਸਦਾ ਸੁਹਾਗਣ ਸ਼ਬਦ ਆਇਆ, ਕਿਉਂ? ਖਸਮ ਮਰੈ ਤੋ ਨਾਰ ਨਾ ਰੋਵੈ। ਇਸ ਮਾਇਆ ਦਾ ਜਿਹੜਾ ਮਾਲਕ ਹੁੰਦਾ ਜਿਹਦੇ ਕੋਲ ਹੁਣ ਹੈ, ਜਦੋਂ ਉਹ ਮਰ ਜਾਏ ਤੇ ਮਾਇਆ ਪਿੱਛੋਂ ਕੋਈ ਨਹੀਂ ਰੋਂਦੀ, ਕਿਉਂ? ਉਸ ਰਖਵਾਰਾ ਔਰ ਹੋਵੇ, ਉਹਦੇ ਉੱਤੇ ਖਲੋਣ ਵਾਲਾ ਪਿੱਛੇ ਹੋਰ ਖੜਾ ਹੈ, ਉਹ ਕਹਿੰਦਾ ਵੀ ਤੂੰ ਪਾਸੇ ਹੋ, ਹੁਣ ਮੈਂ ਇਹਨੂੰ ਸੰਭਾਲਾਂਗਾ। ਉਹ ਕਦੇ ਨਹੀਂ ਰੋਂਦੀ, ਇਸ ਲਈ ਇਹਨੂੰ ਸਦਾ ਸੁਹਾਗਣ ਕਿਹਾ ਹੈ। ਇਹਦਾ ਪਤੀ ਇੱਕ ਮਰਦਾ, ਦੂਸਰਾ ਤਿਆਰ ਹੈ, ਇਹ ਨਹੀਂ ਰੋਏਗੀ, ਇਹ ਦੂਸਰਿਆਂ ਨੂੰ ਰੋਂਦੀ ਹੈ। ਹਾਂ, ਉਹ ਜ਼ਰੂਰ ਰੋਏਗਾ, ਉਹ ਵਿਚਾਰਾ ਫਿਰ ਭਟਕਦਾ ਰਹੇਗਾ। ਉਸ ਰਖਵਾਰਾ ਔਰ ਹੋਵੇ, ਉਹਦਾ ਫਿਰ ਰਖਵਾਲਾ ਹੋਰ ਬਣ ਜਾਏਗਾ। ਸਤਿਗੁਰਾਂ ਨੇ ਅੱਜ ਦੇ ਬਚਨ ਵਿੱਚ ਕਿਹਾ ਹਉ ਵਿੱਚ ਖੱਟਿਆ, ਹਉ ਵਿੱਚ ਮੈਂ ਕਰਕੇ ਵੱਡੇ ਬਣਨ ਵਾਸਤੇ ਸਭ ਕੁਝ ਕੀਤਾ ਤੇ ਮੈਂ ਵਿੱਚ ਹੀ ਸਾਰਾ ਕੁਝ ਚਲਾ ਗਿਆ। ਫਿਰ ਇਹ ਹੈਰਾਨੀ ਦੀ ਗੱਲ ਪ੍ਰਗਟ ਕੀਤੀ, ਕਹਿਣ ਲੱਗੇ ਹਉ ਵਿੱਚ ਸਚਿਆਰ, ਜੇ ਕੋਈ ਬੰਦਾ ਸੱਚ ਬੋਲਦਾ ਤੇ ਉਹਦੀ ਵੀ ਹਉ ਮੈਂ ਕਰਦਾ ਹੈ ਕਿ ਮੈਂ ਇੰਨਾ ਸੱਚ ਬੋਲਿਆ। ਫਿਰ ਉਹਨੂੰ ਦੱਸਣਾ ਪੈਂਦਾ ਹੈ ਲੋਕਾਂ ਨੂੰ ਰੋਕ ਰੋਕ ਕੇ ਕਿ ਮੈਂ ਇਸ ਤਰ੍ਹਾਂ ਦਾ ਸੱਚਾ ਆਦਮੀ ਹਾਂ, ਤੁਸੀਂ ਮੇਰੇ ਬਾਰੇ ਜਾਣਦੇ ਹੋ, ਮੈਂ 2 ਵਜੇ ਉੱਠਦਾ ਸਵੇਰੇ, ਇੰਨਾ ਪਾਠ ਕਰਦਾ ਹਾਂ, ਇੰਨੀ ਉਗਰਾਹੀ ਦਿੰਦਾ ਹਾਂ। ਇਹ ਵੀ ਇੱਕ ਹਉਮੈ ਹੈ। ਸਤਿਗੁਰਾਂ ਨੇ ਕਿਹਾ ਹਉ ਵਿੱਚ ਸਚਿਆਰ, ਉਹ ਕਰਮ ਗਲਤ ਨਹੀਂ ਸਨ, ਉਹ ਤਾਂ ਨਮਸਕਾਰ ਕਰਨ ਯੋਗ ਹੈ ਵਿਅਕਤੀ ਜਿਹੜਾ ਇਸ ਤਰ੍ਹਾਂ ਦੇ ਧਾਰਮਿਕ ਕਰਮ ਕਰਦਾ ਹੈ, ਪਰ ਉਹ ਕਰਕੇ ਮਤ ਥੋੜੀ ਸੇਵ ਗਵਾਈ ਹੈ, ਉਹਨੂੰ ਗਵਾ ਦਿੱਤਾ। ਇਸ ਲਈ ਕੂੜਿਆਰ ਝੂਠਾ ਮਨੁੱਖ ਝੂਠ ਦੇ ਹੰਕਾਰ ਵਿੱਚ, ਸੱਚਾ ਮਨੁੱਖ ਸੱਚ ਦੇ ਹੰਕਾਰ ਵਿੱਚ। ਹਉ ਵਿੱਚ ਪਾਪ ਪੁੰਨ ਵਿਚਾਰ, ਪਾਪ ਕਰਨ ਵਾਲਾ ਪਾਪ ਦੇ ਹੰਕਾਰ ਵਿੱਚ ਰਹਿੰਦਾ ਹੈ ਤੇ ਪੁੰਨ ਕਰਨ ਵਾਲਾ ਪੁੰਨ ਦੇ ਹੰਕਾਰ ਵਿੱਚ ਫਸਿਆ ਰਹਿੰਦਾ ਹੈ, ਤੇ ਇਹਨਾਂ ਦੋਵਾਂ ਦੀ ਵਿਚਾਰ ਕਰਨ ਵਾਲਾ ਆਪਣੀ ਵਿਚਾਰ ਦੇ ਹੰਕਾਰ ਵਿੱਚ ਫਸਿਆ ਰਹਿੰਦਾ ਹੈ। ਇੰਨਾ ਵੱਡਾ ਬੰਧਨ ਹੈ। ਹਉ ਵਿੱਚ ਨਰਕ ਸੁਰਗ ਅਵਤਾਰ, ਆਹ ਜਿਹੜੇ ਅਵਤਾਰ ਪੈਦਾ ਹੁੰਦੇ ਨੇ, ਸਿੱਧ ਜਤੀ ਲੋਕ ਪੈਦਾ ਹੁੰਦੇ ਨੇ ਜਿਨ੍ਹਾਂ ਵਿੱਚ ਧਾਰਮਿਕ ਤਾਕਤਾਂ ਹੁੰਦੀਆਂ, ਇਹ ਵੀ ਇੱਕ ਤਰ੍ਹਾਂ ਦੀ ਹਉ ਵਿੱਚ ਹੰਕਾਰ ਦੇ ਵਿੱਚ ਫਸੇ ਰਹਿੰਦੇ ਨੇ। ਹਉ ਵਿੱਚ ਹੱਸੈ, ਹਉ ਵਿੱਚ ਰੋਵੈ। ਮਨੁੱਖ ਹੱਸਦਾ ਹੈ ਹੰਕਾਰ ਵਿੱਚ,
ਹੰਕਾਰ ਵਿੱਚ ਮਨੁੱਖ ਕਦੋਂ ਹੱਸਦਾ? ਜਦੋਂ ਦੂਸਰਿਆਂ ਤੇ ਹੱਸਦਾ ਹੈ। ਦੂਸਰਿਆਂ ਤੇ ਹੱਸੇਗਾ ਕਿਉਂਕਿ ਕਮਜ਼ੋਰ ਨੇ, ਉਹ ਯਤੀਮ ਨੇ। ਉਹ ਮਨੁੱਖ ਦੂਸਰੇ ਨੂੰ ਵੇਖਦਾ ਹੈ ਔਰ ਹੰਕਾਰ ਵਿੱਚ ਹੱਸਣ ਵਾਸਤੇ ਆਪਣੇ ਤੋਂ ਨੀਵਾਂ ਚਾਹੀਦਾ ਹੈ, ਛੋਟਾ ਚਾਹੀਦਾ, ਇਸ ਲਈ ਚੁਣਦਾ ਛੋਟਿਆਂ ਨੂੰ ਵਿੱਚੋਂ ਵਿੱਚੋਂ ਹੱਸਣ ਵਾਸਤੇ। ਛੋਟਿਆਂ ਦੇ ਉੱਪਰ ਹੱਸਦਾ ਹੈ ਹੰਕਾਰ ਵਿੱਚ, ਤੇ ਜਦੋਂ ਆਪਣੇ ਤੋਂ ਕੋਈ ਵੱਡਾ ਹੁੰਦਾ ਹੈ ਫਿਰ ਰੋਂਦਾ ਹੈ ਹੰਕਾਰ ਵਿੱਚ ਵੀ ਹੁਣ ਇਹ ਵੱਡੇ ਹੋ ਗਏ। ਇਸ ਲਈ ਸਿਆਣੇ ਕਹਿੰਦੇ ਨੇ ਕੋਈ ਮਨੁੱਖ ਆਪਣੀ ਗਰੀਬੀ ਕਰਕੇ ਦੁਖੀ ਨਹੀਂ ਹੁੰਦਾ, ਉਹ ਦੂਸਰਿਆਂ ਦੀ ਅਮੀਰੀ ਵੇਖ ਕੇ ਦੁਖੀ ਹੁੰਦਾ। ਗਰੀਬੀ ਤਾਂ ਅਵਸਥਾ ਹੈ ਹੀ ਨਹੀਂ ਜੀਵਨ ਦੇ ਵਿੱਚ, ਇਹ ਤਾਂ ਮਨੁੱਖ ਦੀ ਆਪਣੀ ਮਾਨਸਿਕ ਪ੍ਰਸਥਿਤੀ ਹੈ। ਦੁਨੀਆਂ ਵਿੱਚ ਕੋਈ ਗਰੀਬੀ ਹੈ ਹੀ ਨਹੀਂ ਹੈ, ਮਨੁੱਖ ਗਰੀਬ ਹੋ ਹੀ ਨਹੀਂ ਸਕਦਾ। ਉਹਨੂੰ ਪਰਮਾਤਮਾ ਨੇ ਇੰਨਾ ਕੁਝ ਦੇ ਕੇ ਭੇਜਿਆ ਕਿ ਉਹ ਕੇਵਲ ਆਪਣਾ ਸਰੀਰ ਹੀ ਲੈ ਕੇ ਧਰਤੀ ਤੇ ਬੈਠ ਜਾਓ ਤਾਂ ਵੀ ਗਰੀਬ ਨਹੀਂ ਹੈ। ਉਹ ਗਰੀਬ ਕਿਉਂ ਲੱਗ ਰਿਹਾ? ਕਿਉਂਕਿ ਉਹ ਨਾਲ ਤੁਰਦੇ ਹੋਏ ਸਮਾਜ ਨਾਲ ਆਪਣੇ ਆਪ ਨੂੰ ਤੋੜ ਰਿਹਾ, ਤਾਂ ਕਰਕੇ ਗਰੀਬ ਹੈ। ਇੱਥੇ ਹੋਰ ਗਰੀਬੀ ਤੇ ਅਮੀਰੀ ਦੇ ਕੋਈ ਅਰਥ ਨਹੀਂ ਨਿਕਲਦੇ। ਆ ਜਿੰਨੇ ਅਮੀਰ ਨੇ, ਵੱਡੇ ਅਮੀਰ ਨੇ, ਉਹਨਾਂ ਦਾ ਯਤਨ ਹੋਰ ਅਮੀਰ ਬਣਨ ਦਾ ਨਹੀਂ ਰਹਿੰਦਾ, ਉਹਨਾਂ ਦਾ ਯਤਨ ਸਿਰਫ ਇਹ ਹੁੰਦਾ ਕਿ ਮੇਰੇ ਤੋਂ ਵੱਡਾ ਅਮੀਰ ਨਾ ਕੋਈ ਹੋ ਜਾਏ। ਸਾਰੇ ਦੇਸ਼ਾਂ ਦਾ ਵੀ ਹਾਲਾਤ ਹੈ ਇਸੇ ਤਰ੍ਹਾਂ। ਹੰਕਾਰ ਹਉ ਵਿੱਚ ਹੱਸੈ, ਹਉ ਵਿੱਚ ਰੋਵੈ, ਹਉ ਵਿੱਚ ਭਰੀਐ। ਹੰਕਾਰ ਦੇ ਵਿੱਚ ਮਨੁੱਖ ਜਿਹੜੇ ਕਰਮ ਕਰਦਾ ਉਹਦਾ ਮਨ ਮੈਲ ਨਾਲ ਭਰਿਆ ਜਾਂਦਾ ਹੈ। ਹਉ ਵਿੱਚ ਧੋਵੈ ਤੇ ਜਦੋਂ ਉਹਨੂੰ ਧੋਣ ਦਾ ਯਤਨ ਕਰਦਾ ਉਦੋਂ ਵੀ ਨਿਮਰਤਾ ਨਾਲ ਨਹੀਂ ਕਰਦਾ, ਫਿਰ ਵੀ ਕਹਿੰਦਾ ਵੀ ਮੈਂ ਆਪਣਾ ਮਨ ਸਾਫ਼ ਕਰਕੇ ਹੁਣ ਬ੍ਰਹਮ ਗਿਆਨੀ ਬਣ ਹੀ ਜਾਣਾ ਹੈ, ਬਣ ਕੇ ਦਿਖਾ ਹੀ ਦੇਣਾ ਹੈ, ਫਿਰ ਵੀ ਹੰਕਾਰ ਪੈਦਾ ਹੋ ਜਾਂਦਾ। ਹਉ ਵਿੱਚ ਜਾਤੀ ਜਿਨਸੀ ਖੋਵੈ, ਇਸ ਹੰਕਾਰ ਦੇ ਵਿੱਚ ਫਸਿਆ ਹੋਇਆ ਆਪਣੀ ਅਸਲੀ ਜਾਤ ਨੂੰ ਗਵਾ ਲੈਂਦਾ ਹੈ। ਇੱਥੇ ਜਾਤ ਸ਼ਬਦ ਹੈ, ਜਿਨਸੀ ਜਿਨਸ ਦਾ ਅਰਥ ਹੁੰਦਾ ਹੈ ਜਿਹਦੇ ਵਿੱਚੋਂ ਪੈਦਾਇਸ਼ ਹੋਈ ਹੈ। ਇਸ ਹੰਕਾਰ ਵਿੱਚ ਫਸ ਕੇ ਬੰਦਾ ਕੇਵਲ ਸਰੀਰ ਤੇ ਭਟਕ ਕੇ ਰਹਿ ਜਾਂਦਾ ਹੈ, ਉਹ ਆਪਣੀ ਜਿਨਸ ਯਾਨੀ ਕਿ ਆਤਮਾ ਰੂਹ ਨੂੰ ਭੁੱਲ ਜਾਂਦਾ ਹੈ, ਜਿਹਦੇ ਵਿੱਚੋਂ ਸਾਰਾ ਸਰੀਰ ਚੱਲ ਰਿਹਾ ਹੈ, ਜਿਹਦੇ ਵਿੱਚੋਂ ਸਾਰਾ ਕੁਝ ਵਹਿ ਰਿਹਾ ਹੈ ਸਰੀਰ ਦੇ ਵਿੱਚ। ਉਹ ਆਪਣੀ ਆਤਮਾ ਤੋਂ ਇਨਕਾਰ ਕਰ ਦਿੰਦਾ ਹੈ ਜਿਹੜੀ ਜਿਹਦੇ ਵਿੱਚ ਇਹਦੇ ਸਰੀਰ ਦੀ ਪੈਦਾਇਸ਼ ਹੋਈ ਹੈ। ਇਸ ਲਈ ਜੋਤ ਕਰਕੇ ਸਰੀਰ ਹੈ, ਸਰੀਰ ਕਰਕੇ ਜੋਤ ਨਹੀਂ ਹੈ। ਔਰ ਸਰੀਰ ਦਾ ਮੁੱਲ ਸਾਡੀ ਜਿੰਦ ਕਰਕੇ ਹੈ, ਇਹ ਗੱਲ ਖਿਆਲ ਵਿੱਚ ਰੱਖਣਾ। ਔਰ ਮਨੁੱਖ ਉਹਨੂੰ ਭੁੱਲ ਗਿਆ, ਸਤਿਗੁਰੂ ਉਹਨੂੰ ਯਾਦ ਕਰਾਉਣਾ ਚਾਹੁੰਦੇ ਨੇ ਵੀ ਜਿਹਦੇ ਨਾਲ ਤੇਰੀ ਮਿੱਟੀ ਚੱਲ ਰਹੀ ਹੈ ਉਹਨੂੰ ਕਿਉਂ ਭੁੱਲਣਾ? ਆ ਸਾਰਾ ਕੁਝ ਚੱਲਦਾ ਹੈ ਨਾ, ਜਿਹੜਾ ਸਰੀਰ ਇਹਦੇ ਪਿੱਛੇ ਜਿਹੜਾ ਖੜਾ, ਤੂੰ ਉਹਨੂੰ ਯਾਦ ਕਿਉਂ ਨਹੀਂ ਰੱਖਦਾ? ਔਰ ਇਹਦੇ ਤੋਂ ਬਿਨਾਂ ਤੈਨੂੰ ਮਨੁੱਖ ਬਣਨ ਦਾ ਕੋਈ ਅਧਿਕਾਰ ਹੀ ਨਹੀਂ ਸੀ ਮਿਲਣਾ ਜੇ ਵਿੱਚ ਜਿੰਦ ਜੋਤ ਸ਼ਬਦ ਨਾ ਪਾਇਆ ਜਾਂਦਾ। ਕਿਉਂਕਿ ਕਈ ਬੱਚੇ ਇਸ ਤਰ੍ਹਾਂ ਦੇ ਪੈਦਾ ਹੁੰਦੇ ਨੇ ਜਿਨ੍ਹਾਂ ਦਾ ਜਨਮ ਹੋਣਾ ਹੁੰਦਾ ਹੈ, ਬੜੀ ਉਡੀਕ ਕੀਤੀ ਜਾਂਦੀ ਹੈ, ਪਰ ਜਦੋਂ ਉਹਨਾਂ ਦਾ ਜਨਮ ਹੁੰਦਾ ਹੈ ਕੁਦਰਤੀ ਤੌਰ ਤੇ ਉਹਨਾਂ ਵਿੱਚ ਜੋਤ ਨਹੀਂ ਹੁੰਦੀ, ਜਿੰਦ ਨਹੀਂ ਹੁੰਦੀ, ਉਹਨਾਂ ਦੀ ਮੌਤ ਉਹਨਾਂ ਦਾ ਜਨਮ ਹੁੰਦਾ ਹੈ। ਜਾਂ ਉਹ ਜਨਮ ਲੈਂਦਿਆਂ ਸਾਰ ਦੋ ਚਾਰ ਸਵਾਸ ਲੈ ਕੇ ਮਰ ਜਾਂਦੇ ਨੇ ਤੇ ਫਿਰ ਉਸ ਥਾਂ ਤੇ ਵਧਾਈਆਂ ਦੀ ਥਾਂ ਤੇ ਸੋਗ ਪੈਂਦਾ ਹੈ ਤੇ ਮਨੁੱਖ ਪੁੱਛਦਾ ਵੀ ਕੀ ਹੋਇਆ, ਇਸ ਬੱਚੇ ਨੇ ਜਨਮ ਨਹੀਂ ਲਿਆ। ਉਹ ਕਹਿੰਦੇ ਸਰੀਰ ਤੇ ਇਹਦਾ ਸਾਰਾ ਠੀਕ ਹੈ ਪਰ ਇਹਦੇ ਅੰਦਰ ਜੋਤ ਕੋਈ ਨਹੀਂ, ਇਹਦੇ ਕਰਕੇ ਇਹਦਾ ਕੋਈ ਮੁੱਲ ਨਹੀਂ। ਇਹਦਾ ਮਤਲਬ ਖੁਸ਼ੀ ਜੋਤ ਕਰਕੇ ਘਰ ਵਿੱਚ ਆਉਂਦੀ ਹੈ ਕਿ ਸਰੀਰ ਕਰਕੇ ਆਉਂਦੀ ਹੈ? ਇਹ ਗੱਲ ਪ੍ਰਤੱਖ ਹੈ। ਜਿੰਦ ਕਰਕੇ ਖੁਸ਼ੀ ਆਉਂਦੀ ਹੈ ਘਰ ਦੇ ਵਿੱਚ ਜਾਂ ਉਸ ਸਰੀਰ ਕਰਕੇ ਆਉਂਦੀ ਹੈ? ਤੇ ਜੇ ਜੋਤ ਤੋਂ ਬਿਨਾਂ ਘਰ ਵਿੱਚ ਵਧਾਈਆਂ ਨਹੀਂ ਆਉਂਦੀਆਂ ਤੇ ਇਹ ਵੀ ਗੱਲ ਯਾਦ ਰੱਖ ਲਈਏ, ਸਰੀਰ ਦੇ ਹੁੰਦਿਆਂ ਜੇ ਉਸ ਜੋਤ ਨਾਲ ਵਾਹਿਗੁਰੂ ਦੇ ਨਾਮ ਨਾਲ ਨਾ ਜੁੜੇ ਤੇ ਵਧਾਈਆਂ ਇੱਥੇ ਵੀ ਕੋਈ ਨਹੀਂ ਮਿਲਣੀਆਂ, ਫਿਰ ਵੀ ਬੰਦਾ ਮੁਰਦੇ ਵਾਂਗੂ ਤੁਰਿਆ ਫਿਰਦਾ। ਇਸ ਲਈ ਸਤਿਗੁਰੂ ਕਹਿ ਰਹੇ ਨੇ ਹਉ ਵਿੱਚ ਜਾਤੀ ਜਿਨਸੀ ਖੋਵੈ, ਆਪਣੀ ਜਿਨਸ ਨੂੰ ਭੁੱਲ ਜਾਂਦਾ ਹੈ। ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ, ਹੰਕਾਰ ਵਿੱਚ ਮੂਰਖ ਜਿਉਂਦਾ ਹੈ, ਹੰਕਾਰ ਵਿੱਚ ਸਿਆਣੇ ਲੋਕ ਨੇ। ਮੋਖ ਮੁਕਤ ਕੀ ਸਾਰ ਨਾ ਜਾਣਾ, ਮੋਖ ਕਹਿੰਦੇ ਨੇ ਆਜ਼ਾਦੀ ਨੂੰ, ਮੁਕਤੀ ਨੂੰ। ਮੁਕਤੀ ਦਾ ਅਰਥ ਹੈ ਮਨ ਦੀ ਖਲਾਸੀ, ਆ ਜਿਹੜਾ ਮਨ ਬੱਝਿਆ ਹੋਇਆ ਚੀਜ਼ਾਂ ਵਿੱਚ, ਇੱਕ ਅੰਦਰਲੀ ਖਲਾਸੀ। ਮੋਖ ਮੁਕਤ ਕੀ ਸਾਰ ਨਾ ਜਾਣਾ, ਇਹਦੇ ਉੱਤੇ ਸਾਰਾ ਸਲੋਕ ਉਚਾਰਿਆ ਗਿਆ। ਕੱਲ ਦੇ ਸਮੇਂ ਵਿੱਚ ਯਤਨ ਕਰਾਂਗੇ ਇਹਦੀ ਵਿਚਾਰ ਕਰਨ ਦਾ। ਹਉ ਵਿੱਚ ਮਾਇਆ, ਹਉ ਵਿੱਚ ਛਾਇਆ,
संसार की जिहड़ी माया है इहदा प्रभाव भी होमै करके है, माया की जिहड़ी छां है उहदा प्रभाव भी होमै करके है। होमै कर कर जंत उपाया, इस तरह मनुख परत परत के जन्म लैंदा है होमै करके। होमै बूझै तां दर सूझै, तेनू परमात्मा दे दर दा दीदार किवें होवे, ਉਹਦੇ ਦਰ ਦੇ ਤੈਨੂੰ ਦਰਸ਼ਨ ਕਿਵੇਂ ਹੋਣ। ਕੁਝ ਚੀਜ਼ਾਂ ਦਿਸਦੀਆਂ ਨੇ ਦੀਵਾ ਜਗਾਉਣ ਦੇ ਨਾਲ, ਕੁਝ ਚੀਜ਼ਾਂ ਦਿਸਦੀਆਂ ਨੇ ਦੀਵਾ ਬੁਝਾਉਣ ਦੇ ਨਾਲ। ਸਤਿਗੁਰੂ ਕਹਿੰਦੇ ਆ ਜਿਹੜਾ ਹੋਮੈ ਦਾ ਦੀਵਾ ਬਲ ਰਿਹਾ ਨਾ ਤੇਰੇ ਅੰਦਰ, ਇਹ ਹੋਮੈ ਬੁੱਝ ਹੈ, ਇਹਨੂੰ ਫੂਕ ਮਾਰ ਕੇ ਬੰਦ ਕਰ ਹੋਮੈ ਦੇ ਦੀਵੇ ਨੂੰ। ਹੋਮੈ ਬੁੱਝ ਹੈ ਤਾਂ ਦਰ ਸੁੱਝ ਹੈ, ਤੈਨੂੰ ਦਰ ਦਿਸੇਗਾ ਜਦੋਂ ਹੋਮੈ ਦਾ ਦੀਵਾ ਬੁੱਝ ਜਾਏ। ਜਾਂ ਇਹਦੇ ਅਰਥ ਕੀਤੇ ਹੋਮੈ ਨੂੰ ਬੁੱਝ ਲੈ ਵੀ ਕੀ ਹੈ। ਪਰ ਇੱਥੇ ਦਿਸਣ ਨਾਲ ਸੰਬੰਧਿਤ ਅੱਗੇ ਸ਼ਬਦ ਆਏ ਨੇ, ਇਹਦੇ ਅਰਥ ਕਰੀਏ ਕਿ ਹੋਮੈ ਦਾ ਦੀਵਾ ਬੁੱਝੇ ਤਾਂ ਦਰ ਸੂਝੈ। ਗਿਆਨ ਵੀ ਹੋਣਾ ਇਸ ਹੋਸ਼ ਤੋਂ ਬਿਨਾਂ, ਇਸ ਅੰਦਰ ਦੀ ਪ੍ਰੀਤ ਤੋਂ ਬਿਨਾਂ, ਪ੍ਰੇਮ ਤੋਂ ਬਿਨਾਂ ਕਥ ਕਥ ਲੂਝੈ। ਮਨੁੱਖ ਜਿੰਨਾ ਮਰਜ਼ੀ ਪੜ ਜਾਏ, ਜਿੰਨਾ ਮਰਜ਼ੀ ਸਮਝ ਲੈ ਧਰਮ ਦੇ ਬਾਰੇ, ਜਿੰਨਾ ਚਿਰ ਉਹ ਵਾਹਿਗੁਰੂ ਦੇ ਪ੍ਰੇਮ ਦੀ ਨਦੀ ਵਿੱਚ ਖੁਦ ਛਾਲ ਨਹੀਂ ਮਾਰਦਾ, ਉਹਨਾਂ ਚਿਰ ਆਈ ਹੋਈ ਸਮਝ ਵੀ ਇਹਦਾ ਕੋਈ ਸਵਾਰੇਗੀ ਨਹੀਂ। ਨਾਨਕ ਹੁਕਮੇ ਲਿਖਿਆ ਲੇਖ, ਜੇ ਹਾ ਵੇਖੈ ਤੇ ਹਾ ਵੇਖ। ਇਹ ਸਾਰਾ ਕੁਝ ਹੁਕਮ ਵਿੱਚ ਚੱਲ ਰਿਹਾ, ਪਰਮਾਤਮਾ ਦੀ ਵਡਿਆਈ ਹੈ ਕਿ ਇਸ ਤਰ੍ਹਾਂ ਮਨੁੱਖ ਹੋਮੈ ਦੇ ਲੇਖ ਆਪਣੇ ਜੀਵਨ ਵਿੱਚ ਲਿਖਦਾ ਤੁਰਿਆ ਜਾਂਦਾ ਹੈ। ਔਰ ਜਿਵੇਂ ਦਾ ਆਪਣੇ ਜੀਵਨ ਨੂੰ ਵੇਖਦਾ ਹੈ, ਯਾਨੀ ਕਿ ਜਿਵੇਂ ਦੀ ਕਰਤੂਤ ਕਰਦਾ ਹੈ ਤੇ ਹਾ ਵੇਖ, ਉਸੇ ਤਰ੍ਹਾਂ ਦਾ ਮਨੁੱਖ ਬਾਹਰ ਵੇਖਣ ਲੱਗ ਪੈਂਦਾ ਹੈ। ਯਾਨੀ ਕਿ ਜਿਵੇਂ ਦੇ ਕਰਮ ਨੇ ਉਸ ਤਰ੍ਹਾਂ ਦੀ ਉਹਦੀ ਸੋਚ ਬਣਦੀ, ਉਸ ਤਰ੍ਹਾਂ ਦਾ ਉਹਦਾ ਜੀਵਨ ਬਣਦਾ ਹੈ। ਗੁਰੂ ਅੰਗਦ ਦੇਵ ਜੀ ਦਾ ਅਗਲਾ ਸਲੋਕ, ਹੋਮੈ ਇਹਾ ਜਾਤ ਹੈ, ਇਹ ਦੂਸਰੇ ਪਾਤਸ਼ਾਹ ਦਾ ਸਲੋਕ ਹੈ, ਕੱਲ ਦੇ ਦੀਵਾਨ ਵਿੱਚ ਯਤਨ ਕਰਾਂਗੇ। ਆਓ ਹੁਣ ਬੜੇ ਪਿਆਰ ਸਹਿਤ ਅਗਲਾ ਪ੍ਰੋਗਰਾਮ ਸ਼ੁਰੂ ਕਰੀਏ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਫੁੱਲਾਂ ਦੀ ਖਿਮਾ, ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਇਹਨੀਆਂ ਬੇਨਤੀਆਂ ਪ੍ਰਵਾਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।